ਸਿੱਧੂ ਭਾਈ ਅਕਸਰ ਜਿਹੜੀ ਪਲੇਅਰਾਂ ਤੋਂ ਮੈਂ ਗੱਲਾਂ ਸੁਣਦਾ ਰਹਿੰਦਾ ਵੀ ਸਿੱਧੂ ਨੂੰ ਵੱਡੇ ਕਲੱਬਾਂ ਦੀ ਆਫਰ ਸੀ, ਕੋਈ ਸਮਾਂ ਸੀਗਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਠੀਕ ਹੈ ਵੀਰੇ, ਸੀਗਾ ਖੇਡਿਆ ਵੀ ਜੀ, ਕਲੱਬਾਂ ਖੇਡੇ, ਬੰਬੇ ਮੈਂ ਬਹੁਤ ਸਾਲ ਲਾਏ ਨੇ ਜੀ। ਜਿਸ ਇਨਸਾਨ ਨੇ ਮੈਂ ਕੀਤਾ ਥੋੜਾ ਸਟੈਪ ਪਿੱਛੇ ਕੀਤਾ, ਨਾ ਤਾਂ ਇਨਸਾਨ ਰਹੇ ਨਾ ਮੇਰੇ ਕੋਲ ਨੌਕਰੀ ਨਹੀਂ, ਹੁਣ ਮੇਰੇ ਕੋਲ ਘਰੇ ਬੈਠਾ ਕੁਛ ਨਹੀਂ ਜੀ। ਜੇ ਤਾਂ ਮੈਂ ਫਿੱਟ ਹਾਂ ਜੀ ਤਾਂ ਮੈਨੂੰ ਕੁਝ ਨਸ਼ੇ ਦੀ ਲੋੜ ਨਹੀਂ ਜੀ, ਮੈਨੂੰ ਮੈਂ ਨਸ਼ਾ ਕੀ ਕਰਨਾ, ਜਦ ਮੈਂ ਫਿੱਟ ਹਾਂ ਅੰਦਰ ਜਾ, ਮਿਹਨਤ ਲੱਗੀ, ਮੇਰੀ ਮਿਹਨਤ ਲੱਗੀ ਜੀ, ਜਿਹਨੇ ਮੇਰੀ ਮਿਹਨਤ ਘੱਟ ਲਾਉਣੀ ਜੀ, ਉਹਨੇ ਮਾੜਾ ਮੋਟਾ ਕਿਤੇ ਨਾ ਕਿਤੇ ਪੰਗਾ ਲੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਜੱਸਾ ਬਰਮਾਲੀਪੁਰ, ਸਾਡਾ ਪੰਜਾਬ ਕੈਨੇਡਾ ਟੀਵੀ ਚੈਨਲ 'ਤੇ ਮੈਂ ਸਵਾਗਤ ਕਰਦਾ ਹਾਂ। ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਸਾਰੀ ਸਾਡੀ ਟੀਮ ਅੱਜ ਪਹੁੰਚੀ ਆ ਕੁਲੀਆਵਾਲ ਦੀ ਧਰਤੀ 'ਤੇ। ਸੋ ਅੱਜ ਆਪਾਂ ਗੱਲ ਕਰਾਂਗੇ ਫੁੱਟਬਾਲ ਦੇ ਕਿਹੋ ਜਿਹੇ ਖਿਡਾਰੀ ਦੀ। ਸੋ ਜਿਹਦਾ ਨਾਮ ਹੈ ਅਨੁਰਾਜ ਸਿੰਘ। ਸੋ ਜਿਹਨੂੰ ਫੁੱਟਬਾਲ ਦੇ ਵਿੱਚ ਅਕਸਰ ਜਿਹੜੇ ਲੋਕ ਸਿੱਧੂ ਵੀ ਆਖਦੇ ਨੇ, ਜਿਹਨੇ ਫੁੱਟਬਾਲ ਦੇ ਖੇਤਰ ਦੇ ਵਿੱਚ ਦੋ ਜਿਹੜੇ ਪਿੰਡ ਮਸ਼ਹੂਰ ਕਰ ਦਿੱਤੇ, ਪਹਿਲਾਂ ਕੁਲੀਆਵਾਲ ਦੀ ਗੱਲ ਹੁੰਦੀ ਆ ਅਤੇ ਅੱਜ ਕੱਲ੍ਹ ਗੱਲ ਹੁੰਦੀ ਆ ਜਿਹੜੀ ਸ਼੍ਰੀ ਮਾਛੋੜਾ ਸਾਹਿਬ ਦੀ, ਮਾਛੋੜਾ ਸਾਹਿਬ ਲਈ ਖੇਡਦੇ ਆ। ਸੋ ਉਹਨਾਂ ਦੇ ਲਈ ਫੁੱਟਬਾਲ ਦੇ ਲਈ ਗੱਲਾਂ ਕਰਾਂਗੇ ਅਤੇ ਉਹਨਾਂ ਦੇ ਜੀਵਨ ਬਾਰੇ ਗੱਲਾਂ ਕਰਾਂਗੇ। ਸੋ ਆਓ ਆਪਾਂ ਸਿੱਧੂ ਭਰਾ ਦੇ ਨਾਲ ਜਿਹੜੇ ਗੱਲਾਂ ਬਾਤਾਂ ਕਰਦੇ ਹਾਂ ਅਤੇ ਤੁਸੀਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ। ਸਾਡਾ ਪੰਜਾਬ ਕੈਨੇਡਾ ਟੀਵੀ ਚੈਨਲ 'ਤੇ ਮੈਂ ਸਵਾਗਤ ਕਰਦਾ ਹਾਂ। ਸੋ ਸਾਡੇ ਨਾਲ ਨੇ ਕੁਲੀਆਵਾਲ ਤੋਂ ਸਿੱਧੂ ਫੁੱਟਬਾਲ ਸੀਨੀਅਰ ਖਿਡਾਰੀ। ਸੋ ਆਓ ਇਹਨਾਂ ਦੇ ਨਾਲ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਸਿੱਧੂ ਬਾਈ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਅੱਜ। ਧੰਨਵਾਦ ਵੀਰੇ, ਤੁਸੀਂ ਆਏ ਜੀ, ਤੁਸੀਂ ਮੈਨੂੰ ਸਲੈਕ ਸਮਝਿਆ ਜੀ, ਤੁਸੀਂ ਮੇਰੀ ਇੰਟਰਵਿਊ ਦੁਆਇਆ ਲਿਆ ਸੀ ਤਾਂ ਮੈਂ ਕੁਛ ਲੱਗਦਾ ਲਾਈਫ ਕੁਛ ਹਲੇ ਖੱਟਿਆ ਨਹੀਂ, ਪਰ ਫਿਰ ਵੀ ਚਲੋ ਜੀ, ਤੁਸੀਂ ਆਏ, ਤੁਹਾਡੀ ਟੀਮ ਦਾ ਬਹੁਤ ਬਹੁਤ ਥੈਂਕਫੁਲ ਆ ਜੀ, ਬਹੁਤ। ਸਭ ਤੋਂ ਪਹਿਲਾਂ ਮੇਰਾ ਸਵਾਲ ਸਿੱਧੂ ਬਾਈ ਇਹ ਆ ਵੀ ਤੁਸੀਂ ਫੁੱਟਬਾਲ ਦੇ ਵਿੱਚ ਦੋ ਪਿੰਡ ਮਸ਼ਹੂਰ ਕਰ ਦਿੱਤੇ ਨੇ, ਇੱਕ ਕੁਲੀਆਵਾਲ ਦੀ ਗੱਲ ਅਤੇ ਹੁਣ ਗੱਲ ਮਾਛੋੜਾ ਸਾਹਿਬ ਦੀ ਗੱਲ ਹੁੰਦੀ ਹੈ, ਮਾਛੋੜਾ ਸਾਹਿਬ ਦੀ ਟੀਮ ਲਈ ਖੇਡਦੇ ਹੋ, ਇਹ ਕਿੱਦਾਂ ਸਬੱਬ ਬਣਿਆ ਫਿਰ ਤੁਹਾਡਾ? ਇਹ ਵੀਰੇ ਪਹਿਲਾਂ ਮੈਂ ਰਹਿੰਦਾ ਸੀ ਉੱਥੇ ਜਮਾਲਪੁਰ, ਕੁਲੀਆਵਾਲ ਜਮਾਲਪੁਰ 'ਚ ਜੀ, ਉੱਥੇ ਰਹਿੰਦਾ ਸੀ, ਉੱਥੇ ਮੈਂ ਫੁੱਟਬਾਲ ਸ਼ੁਰੂ ਕੀਤੀ ਹੈ ਜੀ, ਅਤੇ ਹੁਣ ਅਸੀਂ ਇੱਧਰ ਸ਼ਿਫਟ ਕਰ ਗਏ ਸਮਰਾਲਾ ਏਰੀਏ 'ਚ ਜੀ, ਆ ਗਏ ਜੀ, ਅਤੇ ਇੱਥੇ ਮੇਰੇ ਪਿੰਡ ਦੇ ਆਲੇ ਦੁਆਲੇ ਮਤਲਬ ਕੋਈ ਟੀਮ ਹੈ ਨਹੀਂ, ਖੇਤਾਂ 'ਚ ਮੇਰਾ ਘਰ ਹੈ ਜੀ ਜੀ। ਫਿਰ ਮਾਛੋੜਾ ਸਾਹਿਬ ਮੇਰੇ ਕੋਲੇ ਪੈਂਦਾ ਸੀ ਜੀ, ਮਾਛੋੜਾ ਸਾਹਿਬ ਦੀ ਟੀਮ ਨਾਲ ਮੇਰਾ ਬਹੁਤ ਪਿਆਰ ਹੈ ਜੀ, ਸ਼ੇਖਰ ਮੇਰਾ ਭਰਾ ਜੀ, ਸਾਡੇ ਪਰਿਵਾਰ ਨਾਲ ਬਹੁਤ ਪਿਆਰ ਹੈ ਜੀ, ਉਹਦੇ ਕਰਕੇ ਫਿਰ ਮੈਂ ਸ਼ਿਫਟ ਇੱਧਰ ਕਰ ਗਿਆ, ਸਾਰੇ ਪ੍ਰੂਫ ਮੇਰਾ ਆਧਾਰ ਕਾਰਡ ਹੋ ਗਿਆ, ਲਾਇਸੈਂਸ ਹੋ ਗਿਆ, ਮਾਛੋੜਾ ਸਾਹਿਬ ਦੇ ਬਣੇ ਵੋਟਰ ਕਾਰਡ ਸਾਰੇ ਮੇਰੇ ਮਾਛੋੜਾ ਦੇ, ਮੇਰੇ ਇੱਥੇ ਕੱਪ ਪਿੰਡ ਦਾ ਮੇਰੇ ਘਰ ਦਾ ਜਿਹੜਾ ਹੈ ਨਹੀਂ ਕੋਈ, ਸਾਰੇ ਉੱਧਰ ਦੇ ਨੇ ਮਾਛੋੜਾ ਦੇ, ਕਿਉਂਕਿ ਮੇਰੇ ਤਰਾਜ ਵੀਰੇ ਤੁਹਾਨੂੰ ਪਤਾ ਹੁੰਦੇ ਨੇ, ਬਿਲਕੁਲ ਕਾਫੀ ਤਰਾਜ ਦੀ ਵਿਚਾਰਚਾ ਅਕਸਰ ਪਹਿਲਾਂ ਵੀ ਹੁੰਦੇ ਰਹੇ ਟੂਰਨਾਮੈਂਟ ਹੁੰਦੀ ਰਹੀ ਆ, ਹੁਣ ਤਾਂ ਵੀਰੇ ਚਲ ਪਿਛਲੇ ਸੀਜ਼ਨ ਲਾ ਲਿਆ ਜੀ, ਹੁਣ ਮੇਰੇ ਪ੍ਰੂਫ ਵੀ ਸਾਰੇ ਹੈਗੇ ਨੇ, ਹੁਣ ਤਾਂ ਕੋਈ ਚੱਕਰ ਨਹੀਂ ਹੈਗਾ ਜੀ, ਹੁਣ ਸਾਰੇ ਮਾਛੋੜਾ ਸਾਹਿਬ ਦੇ ਬਣ ਗਏ, ਹੁਣ ਮੈਂ ਮਾਛੋੜਾ ਸਾਹਿਬ 'ਚ ਹੁਣ ਪੱਕਾ ਖੇਡਦਾ ਹਾਂ ਜੀ। ਸਿੱਧੂ ਬਾਈ ਅਕਸਰ ਜਿਹੜੀ ਪਲੇਅਰਾਂ ਤੋਂ ਮੈਂ ਗੱਲਾਂ ਸੁਣਦਾ ਰਹਿੰਦਾ ਵੀ ਸਿੱਧੂ ਨੂੰ ਵੱਡੇ ਕਲੱਬਾਂ ਦੀ ਆਫਰ ਸੀਗੀ, ਕੋਈ ਸਮਾਂ ਸੀਗਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਠੀਕ ਹੈ ਵੀਰੇ, ਸੀਗਾ ਖੇਡਿਆ ਵੀ ਆ ਜੀ, ਕਲੱਬਾਂ 'ਚ ਖੇਡਿਆ, ਬੰਬੇ ਮੈਂ ਬਹੁਤ ਸਾਲ ਲਾਏ ਨੇ ਜੀ, ਬੰਬੇ ਮੈਂ ਖੇਡਿਆ। ਕਿੰਨੀ ਉਮਰ ਦੀ ਜਦ ਕਿੱਦਾਂ ਸਬੱਬ ਬਣਿਆ ਫਿਰ ਬੰਬੇ ਜਾਣ ਦਾ? ਅੰਡਰ 19 ਵੀਰੇ ਮੈਂ ਖੇਡਿਆ ਮਾਲਪੁਰ ਜੀ, ਮਾਲਪੁਰ ਤੋਂ ਜਦ ਅਸੀਂ ਖਤਮ ਕੀਤੇ 2 ਸਾਲ ਲਾਏ ਨੇ ਜੀ। ਤੁਹਾਡੀ ਪੜ੍ਹਾਈ ਸਿੱਧੂ ਵੀਰ ਕਿੱਥੋਂ ਆ? ਮੈਂ ਵੀਰੇ ਪਹਿਲਾਂ ਪੜ੍ਹਿਆ ਕੋਨਵੈਂਟ 'ਚ ਜੀ, ਫਿਰ ਮੈਂ ਰਿਆਨ 'ਚ ਆ ਗਿਆ, ਫਿਰ ਮੈਂ ਪੜ੍ਹਨ ਲੱਗ ਪਿਆ ਹੋਸਟਲ 'ਚ ਜੀ, ਪਲੱਸ 1 ਤੱਕ ਮੈਂ ਹੋਸਟਲ 'ਚ ਪੜ੍ਹਿਆ ਵੀਰੇ ਜੀ, ਪਲੱਸ 1 ਤੋਂ ਬਾਅਦ ਫਿਰ ਮੈਂ ਫੁੱਟਬਾਲ ਦੇ ਵਿੱਚ ਗਿਆ ਜੀ, ਪਲੱਸ 1 ਤੋਂ ਫੁੱਟਬਾਲ ਦੀ ਮੱਤ ਆਈ ਹੈ, ਪਲੱਸ 1 ਤੋਂ ਬਾਅਦ ਮਾਲਪੁਰ ਅਕੈਡਮੀ ਟ੍ਰਾਇਲ ਸੀਗੇ ਜੀ, ਵੈਸੇ ਹੀ ਮੈਂ ਟ੍ਰਾਇਲ ਦਿਨ ਚਲੇ ਗਿਆ, ਮੈਨੂੰ ਕੋਈ ਫੁੱਟਬਾਲ ਇੰਨਾ ਕੋਈ ਉਹ ਨਹੀਂ, ਮੈਂ ਕਦੇ ਖੇਡਦਾ ਨਹੀਂ ਸੀ ਜੀ, ਕੋਈ ਮੈਂ ਕਦੇ ਫੁੱਟਬਾਲ ਕਦੇ ਖੇਡੀ ਨਹੀਂ, ਕੋਈ ਉਹ ਨਹੀਂ ਸੀਗਾ ਜੀ, ਅਤੇ ਉਹ ਤਾਂ ਮੈਂ ਵੈਸੇ ਸਕੂਲ ਜਿਵੇਂ ਸ਼ੌਕ ਨਾਲ ਬੱਚੇ ਖੇਡਦੇ ਹੁੰਦੇ ਨੇ ਜੀ, ਉਵੇਂ ਮੈਂ ਖੇਡਦਾ ਸੀ ਜੀ, ਅਤੇ ਇੱਦਾਂ ਹੀ ਫਿਰ ਮੇਰੇ ਡੈਡੀ ਨੇ ਦੱਸਿਆ ਕਿ ਟ੍ਰਾਇਲ ਆਏ, ਤੂੰ ਜਾ ਕੇ ਲੁਧਿਆਣੇ ਸਾਡੇ ਟ੍ਰਾਇਲ ਸੀ ਸਟੇਡੀਅਮ ਵਿੱਚ ਜੀ,
ਉੱਥੇ ਮੈਂ ਚਲੇ ਗਿਆ ਟ੍ਰਾਇਲ ਦੇਣ ਵਾਸਤੇ, ਉੱਥੇ ਸਿਲੈਕਟ ਹੋ ਗਿਆ ਜੀ, ਉੱਥੋਂ ਮਾਲਪੁਰ ਅਕੈਡਮੀ ਚਲੇ ਗਿਆ ਜੀ, ਔਰ ਸਿੱਧਾ ਮੈਂ ਅੰਡਰ 19 ਚ ਗਿਆ ਸੀ ਮੈਂ, ਕੋਈ 14 ਨਹੀਂ, ਕੋਈ ਕੁਛ ਨਹੀਂ, ਫੁੱਟਬਾਲ ਨਾਲ ਕੋਈ ਮੇਰਾ ਲੈਣ ਦੇਣ ਨਹੀਂ, ਸਿੱਧਾ ਮੈਂ ਅੰਡਰ 19 ਪਰਿਵਾਰ ਚ ਪਹਿਲਾਂ ਫੁੱਟਬਾਲ ਖੇਡਦਾ ਸੀ, ਕੋਈ ਨਹੀਂ ਜੀ, ਕੋਈ ਕਿਤੇ ਦੂਰ ਦੂਰ ਤੱਕ ਨਹੀਂ, ਕੋਈ ਕੋਈ ਨਹੀਂ, ਨਾ ਕੋਈ ਚਾਚਾ ਤਾਇਆ, ਨਾ ਨਾ ਜੀ ਕੋਈ ਨਹੀਂ ਜੀ, ਘਰ ਵਿੱਚ ਕਿਹੜੀ ਸਪੋਰਟਸ ਕੋਈ ਖੇਡ, ਕੋਈ ਮਾਮਾ ਮਾਮਾ ਕਬੱਡੀ ਖੇਡਦਾ ਸੀ ਜੀ ਬਸ ਜੀ, ਹੋਰ ਕੋਈ ਚਾਚਾ ਤਾਇਆ ਕੋਈ ਨਹੀਂ, ਹੋਰ ਸਪੋਰਟਸ ਵਾਲੇ ਤਾਂ ਹੈ ਹੀ ਨਹੀਂ ਸੀ, ਕੋਈ ਨਹੀਂ ਸੀ ਜੀ। ਮਾਲਪੁਰ ਦੀ ਗੱਲ ਕਰੀਏ, ਫਿਰ ਮਾਲਪੁਰ ਕਿੰਨਾ ਟਾਈਮ ਰਹੇ? ਮੈਂ 2 ਸਾਲ ਲਾਏ ਨੇ ਜੀ, ਜੀ ਅੰਡਰ 19 2 ਸਾਲ ਮੇਰੇ ਬਣਦੇ ਸੀ ਜੀ, 2 ਸਾਲ ਮੈਂ ਲਾਏ ਨੇ ਜੀ। ਮਾਲਪੁਰ ਤੋਂ ਫਿਰ ਅੱਗੇ ਸਬਬ ਕਿੱਥੇ ਰਹਿ ਬਣਿਆ? ਅੱਗੇ ਮੈਂ ਨਾਲ ਹੀ ਸਾਡੇ ਕਾਲਜ ਸੀਗਾ ਮਾਲਪੁਰ, ਸਨੀ ਭਾਜੀ ਕੋਚ ਸੀਗਾ, ਉੱਥੇ ਐਡਮਿਸ਼ਨ ਕਰਾ ਲਈ ਸੀ ਜੀ, ਐਡਮਿਸ਼ਨ ਕਰਕੇ ਘਰੇ ਆ ਗਿਆ ਸੀ ਜੀ। ਫਿਰ ਮੇਰਾ ਇੱਕ ਫਰੈਂਡ ਸੀ ਉੱਥੇ ਪਿੰਡ ਲੰਗੇਰੀ ਦਾ, ਬੱਬੂ ਜੀਤਾ ਜੀ, ਉਹਦਾ ਭਰਾ ਬੱਬੂ ਬੰਬੇ ਰੇਲਵੇ 'ਚ ਹੈ ਜੀ। ਅਸੀਂ ਉਹਨੂੰ ਛੇੜ ਦਿੰਦੇ ਕਿ ਸਾਡੇ ਕੋਲ ਟ੍ਰਾਇਲ ਦਵਾ ਦੇ, ਬੰਬੇ ਦਿਖਾ ਦੇ ਭਰਾ ਨੂੰ ਕਹਿ ਦੇ ਜੀ। ਉਹਨੇ ਫਿਰ ਇੱਕ ਦਿਨ ਮੈਨੂੰ ਫੋਨ ਕੀਤਾ ਕਿ ਟ੍ਰਾਇਲ ਨੇ ਬੰਬੇ ਜਾਣਾ, ਚਲੋ ਚੱਲੀ ਜੀ, ਵੀ ਹੋ ਜਾ ਤਿਆਰ ਕੀ ਹੋ ਜਾ ਤਿਆਰ। ਅਸੀਂ ਤਾਂ ਉਹਨੂੰ ਛੇੜ ਦੇ ਹੁੰਦੇ ਸੀ ਕਿ ਚੱਲ, ਉਹ ਕਹਿੰਦਾ ਚੱਲ ਆਉਣ ਟ੍ਰਾਇਲ, ਹੁਣ ਜਾਣਾ ਪੈਣਾ, ਕਹਿੰਦਾ ਮੈਂ ਕਿਹਾ ਨਹੀਂ ਜੀ, ਪਰ ਨਹੀਂ ਸਿੱਧੂ ਨੂੰ ਜਾਣਾ ਹੀ ਪੈਣਾ। ਮੈਂ ਕਿਹਾ ਚਲੋ ਫਿਰ ਚੱਲਦੇ ਹਾਂ। ਅਸੀਂ ਫਿਰ 5 ਜਣੇ ਗਏ ਸੀ ਜੀ, ਮੈਂ ਸੀਗਾ, ਸ਼ੇਖਰ ਸੀ, ਹੈਪੋ ਸੀਗਾ ਜੀ, ਇੱਕ ਜੀਤਾ ਆਪ ਸੀ, ਇੱਕ ਮੁੰਡਾ ਕਾਲਾ ਸੀਗਾ ਜੀ। ਪੰਜੇ ਪਲੇਅਰ ਬੰਬੇ ਟ੍ਰਾਇਲ ਲੈਣ ਲਈ ਬਸ ਬਸ ਟ੍ਰਾਇਲ ਦੇਣ ਕਾਹਨੂੰ, ਬਸ ਇੱਦਾਂ ਸੀ, ਚੱਲ ਘੁੰਮ ਫਿਰ ਆਵਾਂਗੇ, ਚੱਲ ਬਹਾਨਾ ਹੀ ਹੁੰਦਾ ਜੀ। ਟ੍ਰੇਨ 5 ਜਣੇ ਸੀਗੇ, ਟ੍ਰੇਨ ਕਰਾ ਲਈ ਜੀ, ਬੰਬੇ ਚਲੇ ਗਏ ਜੀ ਅਸੀਂ ਜੀ। ਉੱਥੇ ਟ੍ਰਾਇਲ ਸੀਗੇ ਆਰ ਸੀ ਐਫ ਕਲੱਬ ਸੀਗਾ ਇੱਕ, ਤਾਂ ਲੋਕਲ ਕਲੱਬ ਆਰ ਸੀ ਜੀ, ਉੱਥੇ ਵਾਸਤੇ ਸੀਗੇ ਟ੍ਰਾਇਲ ਜੀ ਜੀ। 2-3 ਦਿਨ ਟ੍ਰਾਇਲ ਚੱਲੇ ਜੀ, ਪਟਿਆਲਾ 'ਚ ਮੈਂ ਇਕੱਲਾ ਸਿਲੈਕਟ ਹੋ ਗਿਆ ਸੀ, ਬਾਕੀ 4 ਨਹੀਂ ਹੋਏ ਸੀ ਜੀ। ਮੈਂ ਪੰਜਾਬ ਵਿੱਚੋਂ ਥੋੜ੍ਹੀ ਸਿਲੈਕਸ਼ਨ ਹੋਈ ਅਤੇ 4 ਨਹੀਂ ਸਿਲੈਕਟ, ਨਹੀਂ 4 ਨਹੀਂ ਹੋਏ ਸੀ, ਕਿਉਂਕਿ ਉੱਥੇ ਚਿੱਕੜ ਬਹੁਤ ਸੀਗਾ ਜੀ, ਪਾਣੀ ਬਹੁਤ ਸੀ, ਕੋਈ ਖੇਡ ਤਾਂ ਪਾਏ ਨਹੀਂ ਜੀ। ਉੱਧਰ ਮਿੱਟੀ ਚਿੱਕੜ ਸੀਗਾ, ਚਿੱਕੜ ਕੋਈ ਕਿੱਧਰ ਨੂੰ ਸਲੈਡ ਮਾਰ ਰਿਹਾ, ਪਾਣੀ ਬਾਲ ਤੁਰਦਾ ਨਹੀਂ, ਵਿੱਚ ਪਾਣੀ ਦੜੇ ਦੜੇ ਮਾਰ ਕੇ, ਬਸ ਕਿਤੇ ਨਹੀਂ ਕੀ ਕਿਸਮਤ ਮੇਰੀ ਸੀਗਾ ਲਿਖਿਆ ਜੀ ਜੀ। ਨਾਲੇ ਹਾਲੇ ਕਿ ਮੈਂ ਸਭ ਤੋਂ ਮਾੜਾ ਪਲੇਅਰ ਸੀਗਾ ਉਹਨਾਂ 'ਚ ਜੀ, ਕਿਉਂਕਿ ਮੈਂ ਉਹ ਸਾਰੇ ਥੱਲਿਓਂ ਬੇਸ ਬਣਾਉਂਦਾ ਕਲੀਅਰ ਸੀ, ਮੈਂ ਸਿੱਧਾ ਆਇਆ ਸੀ 19 'ਚ ਜੀ ਜੀ। ਫਿਰ ਮੈਂ ਇਕੱਲਾ ਕਿਸਮਤ, ਰੱਬ ਨੇ ਚਾਹਿਆ ਮੈਨੂੰ ਦਿਖਾਉਣਾ ਸੀ ਬੰਬੇ, ਮੈਨੂੰ ਦਿਖਾਤਾ, ਮੈਂ ਫਿਰ ਉੱਥੇ ਇਕੱਲਾ ਸਿਲੈਕਟ ਹੋ ਗਿਆ ਸੀ ਬੰਬੇ ਲਈ। ਬੰਬੇ ਲਈ ਜਾਂਦੇ ਉਦੋਂ ਫਿਰ ਸਵਾਬ ਕਿਵੇਂ ਬਣਿਆ ਫਿਰ ਅਗਲਾ? ਫਿਰ ਉੱਥੇ ਮੈਂ ਬੰਬੇ, ਮੇਰੇ ਫਾਦਰ ਸਾਹਿਬ ਮੈਨੂੰ ਬੜਾ ਮੋਟੀਵੇਟ ਕਰਦੇ ਨੇ ਜੀ ਕਿ ਚੱਲ ਤੂੰ ਜਾ, ਦਿਨ ਤੋਂ ਸਪੋਰਟ ਰਹੀ ਹਾਂ, ਉਹ ਬਸ ਮੋਟੀਵੇਟ ਕਰਦੇ ਜਾ ਆ, ਕੋਈ ਗੱਲ ਨਹੀਂ ਜੀ। ਮੈਂ ਕਿਹਾ ਮੈਂ ਇਕੱਲਾ ਕੀ ਕਰੂੰਗਾ ਬੰਬੇ ਵਰਗੇ ਸ਼ਹਿਰ, ਉਹ ਕਹਿੰਦੇ ਜਾ ਆ, ਕੋਈ ਨਾ ਮਨ ਲੱਗੇ ਵਾਪਸ ਆ ਜਾਂ ਹਫ਼ਤੇ ਬਾਅਦ, ਟਿਕਟ ਬੰਨ ਕੇ ਬਿਠਾਉਣ ਲੱਗੇ ਜੀ, ਜਾ ਕੇ ਘੁੰਮ ਫਿਰ ਵਧੀਆ ਸ਼ਹਿਰ ਜੀ। ਉਹ ਜੀ ਮੈਂ ਉੱਥੇ ਗਿਆ, ਫਿਰ ਉੱਥੇ ਆਉਣ ਨੂੰ ਮਨ ਨਹੀਂ ਕੀਤਾ, ਉਹ ਐਸਾ ਸ਼ਹਿਰ ਹੈ ਬੰਬੇ ਤੋਂ ਆਉਣ ਨੂੰ ਮਨ ਨਹੀਂ ਕੀਤਾ ਜੀ। ਫਿਰ ਮੈਂ ਉੱਥੇ ਲਾਏ। ਕਿੰਨੇ ਸਾਲ ਰਹੇ ਫਿਰ ਬੰਬੇ? ਮੈਂ ਜਦੋਂ ਦਾ ਗਿਆ ਕਰੋਨਾ 'ਚ ਆਇਆ, ਲੋਕਡਾਊਨ 'ਚ ਆਇਆ, ਹਾਂ ਮੈਂ ਉੱਥੇ ਹੀ ਰਿਹਾ ਜੀ। ਮਤਲਬ ਵਿੱਚ ਸੀਜ਼ਨ ਮੁੱਕਦਾ ਸੀ ਆ ਜਾਂਦਾ ਸੀ, ਪਰ ਉੱਥੇ ਹੀ ਰਿਹਾ ਜੀ। ਹੋਰ ਕਿਹੜੇ ਕਲੱਬਾਂ ਨੂੰ ਸਿੱਧੀ ਕੋਈ ਆਫਰ ਆਈ ਆ? ਮੈਂ ਜੀ ਉੱਥੇ ਬੰਬੇ, ਮੈਨੂੰ ਜਿੰਨੇ ਸਾਰੇ ਕਲੱਬ ਨੇ ਮੈਂ ਖੇਡਿਆ ਜੀ, ਬੰਬੇ ਤੋਂ ਬਾਹਰ ਇਸ ਲਈ ਨਹੀਂ ਗਿਆ, ਊਂ ਸਾਰੇ ਇੰਡੀਆ 'ਚ ਖੇਡੇ ਟੂਰਨਾਮੈਂਟ ਆਲ ਓਪਨ ਖੇਡਦੇ ਰਹੇ ਅਸੀਂ ਜੀ, ਕਿਉਂਕਿ ਮੈਨੂੰ ਉੱਥੇ ਜੋਬ ਦੀ ਫਿਰ ਸੀਗਾ ਕਿ ਏਅਰ ਇੰਡੀਆ ਜੋਬ ਕਰਨੀ ਜੀ, ਜੋਬ ਨਿਕਲੀ ਤਾਂ ਕਰਕੇ ਮੈਂ ਉੱਥੇ ਉਹ ਸੀਗਾ ਠੀਕ ਹੈ, ਨਹੀਂ ਤਾਂ ਫਿਰ ਵੈਸੇ ਜੇ ਕਲਕੱਤੇ ਸਾਈਡ ਮੈਂ ਕਦੀ ਗਿਆ ਨਹੀਂ, ਮੈਨੂੰ ਬੜਾ ਕਹਿੰਦੇ ਜਾ ਕੇ ਆ ਕਲਕੱਤਾ ਖੇਲ ਉੱਪਰ ਜਾ ਜੀ, ਪਰ ਮੈਨੂੰ ਪਹਿਲਾਂ ਜੋਬ ਦਾ ਸੀਗਾ ਕਿ ਲੈ ਲਵਾਂ, ਫਿਰ ਤਾਂ ਫਿਰ ਕਲਕੱਤਾ ਤਾਂ ਉੱਥੇ ਰਹਿਣਾ ਵਾ, ਮੈਂ ਫਿਰ ਜਾਇਆ ਵਾਂ, ਇਸ ਕਰਕੇ ਮੈਂ ਫਿਰ ਕਿਤੇ ਗਿਆ ਨਹੀਂ ਜੀ, ਨਹੀਂ ਕੇਰਲਾ ਦੇ ਕਲੱਬ ਮੈਂ ਗਿਆ ਸੀ, ਕੇਰਲਾ ਦੀ ਖੇਡੀ ਆ, ਫਿਰ ਮੁੜ ਕੇ ਫਿਰ ਇੱਦਾਂ ਮੈਂ ਉੱਥੇ ਮੈਂ ਮੁੜ ਕੇ ਆ ਜਾਂਦਾ ਸੀ ਬੰਬੇ ਸ਼ਹਿਰ 'ਚ ਜੀ। ਸਿੱਧੂ ਭਾਈ ਤੁਸੀਂ ਜਿਹੜੇ ਜਰਸੀ ਪਾਈ ਬੈਠੇ ਹੋ ਏਅਰ ਇੰਡੀਆ ਦੀ, ਹਾਂਜੀ, ਇਹ ਜਰਸੀ ਖਰੀਦੀ ਆ ਜਾਂ ਕੀ ਜੁੜੇ ਇਹਦੇ ਨਾਲ, ਕੀ ਜੁੜਿਆ ਹੋਇਆ ਏਅਰ ਇੰਡੀਆ ਦੇ ਨਾਲ? ਦੇਖੋ ਜੀ 11-12 'ਚ ਗਿਆ ਸੀ, 12-13 'ਚ ਆ ਹੁਣ ਇੱਕ ਪਰਿਵਾਰ ਹੀ ਬਣ ਗਿਆ ਜੀ, ਲੋਕੀ ਕਹਿਣ ਲੱਗੇ ਸਿੱਧੂ ਇੰਨਾ ਪੁਰਾਣਾ ਉੱਥੇ ਹੋ ਗਿਆ ਸੀ, ਬੰਬੇ ਰਹਿੰਦਾ ਵਾ, ਸਾਰੇ ਜਾਣਦੇ ਸੀ ਜੀ। 8-9 ਸਾਲ ਇੱਕ ਐਂ ਹੁੰਦਾ ਸੀ ਇੱਥੇ, ਮੈਂ 8 ਸਾਲਾਂ 'ਚ ਮੈਂ ਕਹਿੰਦਾ ਇੱਥੇ ਮੈਂ ਘੱਟ ਆਇਆ, ਜੇ 7 ਸਾਲ ਮੈਂ ਉੱਥੇ ਲਾਇਆ, 1 ਸਾਲ ਮੈਂ ਇੱਥੇ ਲਾਇਆ ਹੋਊਗਾ ਪੰਜਾਬ 'ਚ ਜੀ, ਇੰਨਾ ਮੇਰਾ ਉੱਥੇ ਲੋਕਲ ਫੈਮਿਲੀ ਨਾਲ ਪਿਆਰ ਬਣ ਗਿਆ, ਕਿਉਂਕਿ ਰੋਜ਼ ਦੇਖਦੇ ਸੀ ਮੈਨੂੰ ਉਹੀ ਹੈ, ਇਕੱਲਾ ਮੇਰਾ ਕੋਈ ਉੱਥੇ ਸ਼ਿਕਾਇਤ ਨਹੀਂ ਹੁੰਦੀ ਸੀ ਕਿਸੇ ਨੂੰ ਜੀ, ਇਕੱਲਾ ਰਹਿੰਦਾ ਸੀ ਉੱਥੇ, ਇੱਦਾਂ ਫੈਮਿਲੀ ਨੂੰ ਰੱਖਦੇ ਸੀ, ਫੈਮਿਲੀ ਨਾਲ ਗੱਲਾਂ ਕਰਦਾ ਸੀ, ਮਿਲਦਾ ਸ਼ਾਮ ਨੂੰ ਬੱਚਿਆਂ ਨਾਲ ਖੇਡਦਾ ਸੀ, ਵਧੀਆ ਉੱਥੇ ਮਤਲਬ ਇੱਕ ਪਰਿਵਾਰ ਵਾਂਗੂ ਹੋ ਗਿਆ ਸੀ ਜੀ, ਵਧੀਆ ਉੱਥੇ ਲਾਈਫ ਵਧੀਆ ਕਰ ਰਿਹਾ ਸੀ ਜੀ। ਫਿਰ ਏਅਰ ਇੰਡੀਆ ਦਾ ਸਵਾਬ ਕਿਵੇਂ ਬਣਿਆ ਜੀ? ਏਅਰ ਇੰਡੀਆ ਉੱਥੇ ਜੀ ਮੈਂ 2 ਸਾਲ ਪਹਿਲਾਂ ਆਰ ਸੀ ਐਫ ਲਾਏ ਜੀ, ਉੱਥੇ ਏਅਰ ਇੰਡੀਆ ਟ੍ਰਾਇਲ ਨਿਕਲੇ, ਕਿਉਂਕਿ ਉੱਥੇ ਲੋਕਲ ਏਅਰ ਇੰਡੀਆ ਨਾਲ ਖੇਡਦੇ ਰਹਿੰਦੇ ਮੈਚ ਮੂਚ ਜੀ, ਬੰਬੇ ਲੀਗ ਹੁੰਦੀ ਆ ਜੀ, ਫਿਰ ਕੋਚ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਟ੍ਰਾਇਲਾਂ 'ਤੇ ਆਈ ਜੀ, ਕਿਹੜੇ ਕੋਚ ਸਾਹਿਬ ਨੇ ਉੱਥੇ? ਟੋਨੀ ਕੋਚ ਨੇ ਜੀ, ਐਂਥਨੀ ਕੋਚ ਨੇ ਜੀ, ਜੋ ਇਸ ਟਾਈਮ ਹੁਣ ਬੰਬੇ ਸਿਟੀ ਦੇ ਅਸਿਸਟੈਂਟ ਇੰਡੀਅਨ ਕੋਚ ਨੇ ਜੀ, ਉਹ ਅਤੇ ਬਾਕੀ ਗੋਡਫਰੀ ਸਰ ਹੈਗੇ ਨੇ ਜੀ, ਬਾਕੀ ਸਾਡੇ ਹੋਰ ਜਿਹੜੇ ਟੀਮ ਮੈਨੇਜਮੈਂਟ ਉੱਥੇ ਦੀ ਹੈਗੀ ਆ ਜੀ, ਉਹਨਾਂ ਦੀ ਫਿਰ ਮੈਂ ਉੱਥੇ ਟ੍ਰਾਇਲ ਦਿੱਤੇ, ਫਿਰ ਮੈਂ ਉੱਥੇ ਸਿਲੈਕਟ ਹੋ ਗਿਆ ਸੀ ਜੀ ਏਅਰ ਇੰਡੀਆ ਜੀ। 14 'ਚ ਮੈਂ ਕਹਿੰਦਾ 15-15 'ਚ ਹੋ ਗਿਆ ਸੀ ਉੱਥੇ ਮੇਰੇ, ਏਅਰ ਇੰਡੀਆ ਕਿੰਨੇ ਸਾਲ ਖੇਡੇ? ਮੈਂ ਕਹਿੰਦਾ ਮੈਂ 4 ਸਾਲ ਲਾਏ ਨੇ ਏਅਰ ਇੰਡੀਆ, 3 ਸਾਲ ਲਗਾਤਾਰ ਲਾਏ ਨੇ, ਫਿਰ ਮੈਂ ਵਾਪਸ ਆ ਗਿਆ
ਜਿਹੜੇ ਜਿਹੜੇ ਟੀਮ ਜਦੋਂ ਟੀਮ ਆਈ ਲੀਗ ਵਿੱਚ ਸੀਗੀ ਉਹੀ ਕੋਚ ਹੁਣ ਸਭ ਮੇਰੇ ਟਾਈਮ ਦੀ ਸੀਗੇ ਜੀ ਮਤਲਬ ਟੀਮ ਦੀ ਪ੍ਰੈਕਟਿਸ ਮਤਲਬ ਏਦਾਂ ਸੀ ਮਤਲਬ ਪਤਾ ਲੱਗਦਾ ਕਿ ਪ੍ਰੈਕਟਿਸ ਕਰ ਰਹੀ ਹੈ ਟੀਮ ਜੀ ਕਦੀ ਉਹਨਾਂ ਨੇ ਭਜਾਉਣਾ ਨਹੀਂ ਜੀ ਏਦਾਂ ਨਹੀਂ ਕਿ ਜਿਵੇਂ ਆਪਣੇ ਥੋੜਾ ਪੰਜਾਬ 'ਚ ਚੱਲਦਾ ਨਾ ਕਿ ਥੋੜਾ ਗੇੜੇ ਲਵਾ ਲਓ ਏਦਾਂ ਲਵਾ ਲਓ ਜੀ ਉਹਨੇ ਬਾਲ ਨਾਲ ਕਰਾਉਣਾ ਵਾ ਮਤਲਬ ਮੈਨੂੰ ਇਹ ਲੱਗਦਾ ਕਿ ਬਾਲ ਨਾਲ ਬੰਦਾ ਵੱਧ ਥੱਕਦਾ ਜੀ ਵੱਧ ਏਦਾਂ ਕਰਾਉਂਦੇ ਨੇ ਭਜਾਉਂਦੇ ਨਹੀਂ ਹੈਗੇ ਸੀ ਜਿਵੇਂ ਉਹਨਾਂ ਦੇ ਪਹਿਲਾਂ 15 ਦਿਨ ਲਾਉਣੇ ਸਟਾਰਟ ਜਿਵੇਂ ਸੀਜ਼ਨ ਸ਼ੁਰੂ ਹੋ ਗਿਆ ਜੀ 10 ਦਿਨ ਲਾ ਦੇ ਬੰਦਾ 20 ਦਿਨ ਲਾ ਦੇ ਠੋਕ ਕੇ ਬੀਚ 'ਤੇ ਲੈ ਗਏ ਜੀ ਸੈਂਡ ਕਰਾਤਾ ਉੱਥੇ ਉਹ ਤੇ ਲੈ ਗਏ ਜਿਵੇਂ ਭਜਾ ਲਿਆ ਬਸ 15 ਦਿਨ ਉਸ ਤੋਂ ਬਾਅਦ ਨਹੀਂ ਫਿਰ ਬਾਲ ਨਾਲ ਕੁਛ ਸ਼ੁਰੂ ਹੋ ਗਿਆ ਫਿਰ ਨਹੀਂ ਗਏ ਕਿੰਨੇ ਸਾਲ ਰਹੇ ਪਏ ਸਿੱਧੂ ਏਅਰ ਇੰਡੀਜ਼ ਮੈਂ 3 ਸਾਲ ਪਹਿਲਾਂ ਲਾਏ ਜੀ ਮੈਂ ਦੱਸਿਆ ਜਿਵੇਂ ਕਿ 1 ਸਾਲ ਫਿਰ ਮੈਂ ਇੱਥੇ ਯੂਨੀਵਰਸਿਟੀ ਖੇਡਣ ਵਾਸਤੇ ਆਇਆ ਸੀਗਾ ਜੀ ਫਿਰ ਮੈਂ ਵਾਪਸ ਚਲੇ ਗਿਆ ਸੀ ਜੀ ਫਿਰ ਮੁੜ ਕੇ ਕਰੋਨਾ ਹੋ ਗਿਆ ਫਿਰ ਮੈਂ ਵਾਪਸ ਪੰਜਾਬ ਆ ਗਿਆ ਵਾਪਸ ਨਹੀਂ ਫਿਰ ਗਿਆ ਜੀ ਨਹੀਂ ਵਾਪਸ ਨਹੀਂ ਉਹਨਾਂ ਨੇ ਕਾਲ ਕੋਲ ਨਹੀਂ ਆਈ ਉਹ ਵੀ ਟੀਮ ਚੱਲੀ ਨਹੀਂ ਜੀ ਹਾਲੇ ਜੀ ਟੀਮ ਚੱਲੀ ਨਹੀਂ ਕਿਉਂਕਿ ਏਅਰ ਇੰਡੀਆ ਹੁਣ ਚੱਲ ਪਿਆ ਸੀ ਹੁਣ ਬੇਕਨ ਕਰਕੇ ਚੇਂਜ ਕਰ ਗਿਆ ਜੀ ਹੁਣ ਸਿੱਧੂ ਬਾਈ ਮੈਂ ਅਕਸਰ ਪਲੇਅਰਾਂ ਤੋਂ ਇਹ ਗੱਲ ਸੁਣਦਾ ਰਹਿਣਾ ਵੀ CISF ਦੇ ਲਈ ਵੀ ਟ੍ਰਾਇਲਾਂ ਲਈ ਗਿਆ ਸੀ ਸਿੱਧੂ ਬਾਈ ਹਾਂਜੀ ਪਹਿਲਾਂ ਉਸ ਵੇਲੇ ਜਿਹੜੇ ਪਲੇਅਰਾਂ ਦੇ ਨਾਲ ਗਿਆ ਸੀ ਹੋਰ ਵੀ ਪਲੇਅਰ ਸਾਰਿਆਂ ਦੀ ਸਿਲੈਕਸ਼ਨ ਹੋਈ ਸੀ ਸਿੱਧੂ ਦੁਬਾਰਾ ਉੱਥੇ ਪਹੁੰਚ ਨਹੀਂ ਸਕਿਆ ਇਹਦੇ ਵਿੱਚ ਮੇਰੇ ਨਾਲ ਚੀਮਾ ਭਾਜੀ ਗਿਆ ਸੀ ਜਾਂਗਪੁਰ ਵਾਲਾ ਜੀ ਜੋ ਕਿ ਹੁਣ ASA ਨੇ ਉੱਥੇ ਸਟਾਰ ਵਾਲੇ ਨੇ ਜੀ ਮੇਰੇ ਨਾਲ ਜੋਲ ਬਾਈ ਸੀਗਾ ਢਿੱਲੋ ਵਾਲੀਆ ਸੀਗਾ ਆਪਣੇ ਪੰਜਾਬ ਦੇ ਜੀ ਹੋਰ ਵੀ 3-4 ਪਲੇਅਰ ਸੀ ਮੈਨੂੰ ਤਾਂ ਨਾਮ ਯਾਦ ਨਹੀਂ ਕਿਉਂਕਿ 7-8 ਸਾਲ ਹੋ ਗਏ 14-15 ਦੀ ਗੱਲ ਹੈ ਜੀ ਤੇ ਸਿੱਧੂ ਬਾਈ ਫਿਰ ਇਹ ਕੋਚ ਦਾ ਫੋਨ ਆਇਆ ਸੀ ਤੁਹਾਨੂੰ ਮੈਨੂੰ ਕੋਚ ਨੇ ਜਿਵੇਂ ਆਲ ਆਲ ਇੰਡੀਆ ਟੂਰਨਾਮੈਂਟ ਖੇਲਦੇ ਸੀ ਕੋਚ ਨੂੰ ਮੈਨੂੰ ਜਿਵੇਂ ਜਾਣਦਾ ਸੀ ਜੀ ਥੋੜੇ ਮੈਨੂੰ ਕੋਚ ਦਾ ਨਾਮ ਤਾਂ ਯਾਦ ਨਹੀਂ ਉਹ ਹੈਲਦੀ ਹੈ ਸੀਗੇ ਹੁਣ ਜਿਹੜੇ CSF ਵਾਲੇ ਵੀਰ ਹੈ ਉਹਨਾਂ ਨੂੰ ਪਤਾ ਹੀ ਹੈ ਜੀ ਤੇ ਜਿਵੇਂ ਮੈਨੂੰ ਉਹਨੇ ਇੱਦਾਂ ਕਿਹਾ ਸੀ ਕਿ ਟ੍ਰਾਇਲ ਹੋਣਗੇ ਤੂੰ ਆਈ ਜਿਵੇਂ ਮੈਨੂੰ ਤਾਂ ਦੇਖ ਕੇ ਮੈਂ ਚਲੋ ਗਿਆ ਸੀ ਮੈਂ ਉੱਥੇ ਹੋ ਗਿਆ ਸੀ ਉੱਥੇ ਚਲੋ ਮੈਂ ਵਧੀਆ ਗਿਆ ਮੇਰੇ ਉੱਥੇ ਵਧੀਆ ਸੈਟਿੰਗ ਮੈਨੂੰ ਲੱਗਿਆ ਮੈਂ ਹੋ ਜੂੰਗਾ ਉੱਥੇ ਕੋਈ ਐਡਾ ਉਹ ਨਹੀਂ ਸੀਗਾ ਫਿਰ ਮੁੜ ਕੇ ਮੈਂ ਗਿਆ ਨਹੀਂ ਫਿਰ ਮੁੜ ਕੇ ਮੈਂ ਮਨ ਚੇਂਜ ਕਰ ਲਿਆ ਜੀ ਆਪਣਾ ਜੋਬ ਤੋਂ ਉੱਥੋਂ ਹੀ ਜੀ ਉਸ ਤੋਂ ਪਹਿਲਾਂ ਮੈਨੂੰ ਇੰਡੀਅਨ ਨੇਵੀ ਬੰਬੇ ਰਹਿੰਦੀ ਹੈ ਜੀ ਉਹਨਾਂ ਨੇ ਮੈਨੂੰ ਗੈਸਟ ਬੁਲਾਇਆ ਸੀ ਜੀ ਉਹ ਮੈਂ ਇੱਥੋਂ ਮੈਂ ਸੀਜ਼ਨ ਮੁੱਕ ਗਿਆ ਮੈਂ ਪੰਜਾਬ ਵਾਪਸ ਆ ਗਿਆ ਸੀ ਜੀ ਜੀ ਤੇ ਜਿਹੜੀ ਬੰਬੇ ਨੇਵੀ ਟੀਮ ਆ ਉਹ ਬੰਬੇ ਤੋਂ ਕੇਰਲਾ ਗਈ ਸੀ ਖੇਡਣ ਵਾਲੀ ਟੂਰਨਾਮੈਂਟ ਆਲ ਇੰਡੀਆ ਟੂਰਨਾਮੈਂਟ ਹੁੰਦਾ ਜੀ ਫਿਰ ਮੈਨੂੰ ਕੋਚ ਦਾ ਫੋਨ ਆਇਆ ਸੀ ਮੈਨੂੰ ਕਹਿੰਦੇ ਤੈਨੂੰ ਅਸੀਂ ਚੈੱਕ ਕਰਨਾ ਵਾ ਤੂੰ ਪੰਜਾਬ ਇੱਥੋਂ ਆ ਸਕਦਾ ਸਾਡੇ ਵਾਸਤੇ ਖੇਡਣ ਵਾਸਤੇ ਨੇਵੀ ਲਈ ਨੇਵੀ ਗੈਸਟ ਖੇਡਣ ਵਾਸਤੇ ਕਿ ਤੂੰ ਚੈੱਕ ਕਰਨਾ ਵਾ ਜੀ ਮੈਂ ਇੱਥੋਂ ਫਿਰ ਨੇਵੀ ਜਿਵੇਂ ਦਲਰਾਜ ਬਾਈ ਦੀਪੂ ਹੈਗਾ ਉਹਨਾਂ ਨਾਲ ਮੈਂ ਗੱਲ ਕੀਤੀ ਕਹਿੰਦਾ ਤੂੰ ਸਾਦਾ ਵਾ ਤੈਨੂੰ ਚੈੱਕ ਕਰਨਾ ਜੀ ਫਿਰ ਮੈਂ ਨੇਵੀ ਵਾ ਸਿੱਧਾ ਉੱਥੇ ਗਿਆ ਜੀ ਕੇਰਲਾ ਜੀ ਉੱਥੇ ਜਿਹੜਾ ਟੂਰਨਾਮੈਂਟ ਹੋਇਆ ਉੱਥੇ ਅਸੀਂ ਉੱਥੇ ਮੈਂ ਖੇਡਿਆ 2 ਮੈਚ ਖੇਡਿਆ ਉਹਨੇ ਇੱਕ ਹਾਫ ਖੇਡਿਆ ਸੀ 2 ਮੈਚ ਗੈਸਟ ਖੇਡਿਆ ਜੀ ਉਹਨਾਂ ਵਾਸਤੇ ਫਿਰ ਮੈਨੂੰ ਕੋਈ ਨਹੀਂ ਕਹਿੰਦੇ ਕਿ ਤੈਨੂੰ ਅਸੀਂ ਲੈਣਾ ਵਾ ਤੂੰ ਟਰਲਾਂ ਦੇ ਮਹੀਨੇ ਬਾਅਦ ਟਰਾਇਲ ਨੇ ਤੂੰ ਪਹੁੰਚ ਜੀ ਜੀ ਗੱਲਬਾਤ ਹੋ ਗਈ ਸੀ ਹਾਂ ਮੇਰੀ ਮੈਨੂੰ ਕਹਿੰਦੇ ਜਿਵੇਂ ਮਹੀਨੇ ਬਾਅਦ ਟਰਾਇਲ ਨੇ ਤੂੰ ਆ ਜੀ ਜੀ ਕਿ ਸਿੱਧਾ ਤੂੰ ਆ ਜਾਈ ਕਿ ਤੈਨੂੰ ਉਹ ਨਹੀਂ ਕਰਨਾ ਹੈ ਜੀ ਉੱਥੋਂ ਵੀ ਮੈਂ ਆਪਣਾ ਮਨ ਮੇਰਾ ਚੇਂਜ ਕਰ ਗਿਆ ਸੀ ਜੀ ਉੱਥੋਂ ਮੁੜ ਕੇ CISF ਵਾਲਾ ਸੀਨ ਪਹਿਲਾਂ ਨੇਵੀ ਨੇ ਕਿਹਾ ਸੀ CISF ਵਾਲਾ ਬਾਅਦ 'ਚ ਹੋਇਆ ਸੀ 2 ਜੌਬ ਦਾ ਮੈਨੂੰ ਸੀਗਾ ਕਿ ਹਾਂ ਮੈਂ ਲੈ ਗਈ ਮਤਲਬ ਮੈਨੂੰ ਸਹੀ ਮੈਂ ਜੌਬ ਦੇ ਦਰ ਤੇ ਖੜਾ ਦਰ ਤੋਂ ਮੈਂ ਮੁੜਿਆ 2 ਵਾਰ ਜੀ ਸਿੱਧੂ ਬਾਈ ਵੀ ਕਿੱਥੇ ਕਮੀ ਰਹਿ ਗਈ ਇਹ ਕਮੀ ਜੀ ਮੈਂ ਥੋੜ੍ਹੇ ਕਿਸੇ ਰਿਲੇਸ਼ਨ 'ਚ ਥੋੜ੍ਹਾ ਜਿਹਾ ਸੀਗਾ ਉਹਦੇ ਕਰਕੇ ਥੋੜ੍ਹਾ ਮੈਂ ਉਹਦੇ ਕਰਕੇ ਸਬਬ ਨਹੀਂ ਬਣਿਆ ਹਾਂ ਮੈਨੂੰ ਸੀਗਾ ਕਿ ਉਹਦੇ ਬਾਹਰ ਚੱਲ ਜਾਣਾ ਕੈਨੇਡਾ ਉਹਦੇ ਨਾਲ ਜੀ ਉਹਦੇ ਕਰਕੇ ਥੋੜ੍ਹਾ ਮੈਂ ਆਪਣੀ ਲਾਈਫ 'ਚ ਮੈਂ ਸੋਚਦਾ ਕਿ ਮੈਂ ਗਲਤੀਆਂ ਕਰ ਲਈਆਂ ਜੀ ਜੀ ਕਿ ਮੈਂ ਉਹ ਜਦ ਮੈਨੂੰ ਉਹਨੇ ਕਹਿਣਾ ਕਿ ਤੂੰ ਜੋਬ ਕੀ ਕਰਨੀ ਹੈ ਤੂੰ ਆਪਾਂ ਬਾਹਰ ਜਾਣਾ ਵਾ ਥੋੜ੍ਹਾ ਮੇਰੇ ਆਹ ਦਿਮਾਗ ਚੱਲਦਾ ਸੀ ਫਿਰ ਉਹ ਕਰਕੇ ਮੈਂ ਜੋਬ ਟਕਰਾ ਦੀ ਹਾਂ ਜੀ ਜੀ ਸਿੱਧੂ ਬਾਈ ਕਿੰਨਾ ਕੁ ਪਛਤਾਵਾ ਹੁੰਦਾ ਅੱਜ ਪਛਤਾਵਾ ਬਹੁਤ ਹੈ ਨਾ ਜੋਬ ਆ ਨਾ ਜੀ ਇਹਨੇ ਕਿਹਾ ਸੀ ਨਾ ਵਾਅਦੇ ਵਾਲਾ ਉਹ ਆ ਨਾ ਇਨਸਾਨ ਰਿਹਾ ਨਾ ਜੋਬ ਰਹੀ ਜੀ ਕੀ ਸੁਪਨਾ ਸੀ ਫੁੱਟਬਾਲ ਨੂੰ ਲੈ ਕੇ ਹੋਰ ਐਡੇ ਵੱਡੇ ਕਲੱਬਾਂ ਦੀ ਆਫਰ ਸੀ ਅਕਸਰ ਪਲੇਅਰ ਟ੍ਰਾਇਲ ਦਿੰਦੇ ਨੇ ਸਿੱਧੂ ਨੂੰ ਆਫਰ ਸੀ CISF ਦੀ ਔਰ ਨੇਵੀ ਦੇ ਲਈ ਇੰਡੀਅਨ ਆਰਮੀ ਲਈ ਵੀ ਖੇਡਿਆ ਮੈਂ ਬਸ ਤੁਹਾਨੂੰ ਦੱਸਿਆ ਹੁਣ ਤਾਂ ਪਛਤਾਵਾ ਹੀ ਹੋਰ ਕੁਛ ਨਹੀਂ ਹੈ ਜੀ ਜੀ ਹੁਣ ਹੱਥ 'ਚ ਪਛਤਾਵਾ ਸਿਰਫ ਕੁਛ ਨਹੀਂ ਹੈ ਜੇ ਕਿਤੇ ਧਿਆਨ ਦਿੱਤਾ ਹੁੰਦਾ ਜ਼ਿਆਦਾ ਅੱਜ ਨਾ ਕਿਤੇ ਵੱਡੇ ਕਲੱਬ ਦੇ ਵਿੱਚ ਹੁੰਦੇ ਹੁਣ ਜੀ ਇੱਕ ਇੱਦਾਂ ਹੋ ਜਾਂਦਾ ਕਲੱਬ 'ਚ ਭਾਵੇਂ ਨਵੇਂ ਨਾ ਵੀ ਖੇਡਦਾ ਕਿਸੇ 'ਚ ਅੱਗੇ ਨਾ ਵੀ ਜਾਂਦਾ ਉਹ ਤਾਂ ਮੇਰੇ 'ਤੇ ਸੀ ਮੈਂ ਟ੍ਰਾਇਲ ਦੇਣ ਜਾਂਦਾ ਜਾਂ ਮੈਂ ਖੇਡਦਾ ਆਪਣੇ ਮਨ ਲਾ ਕੇ ਪਰ ਮੇਰੀ ਐਸੇ ਮੈਂ ਜੋਬ ਲੈ ਕੇ ਵੀ ਲਾਈਫ ਸਿਕਿਓਰ ਸੀ ਮੇਰੀ ਜੀ ਜੀ ਜਿਹੜਾ ਮੈਂ 2 ਵਾਰ ਦਰ ਤੋਂ ਮੁੜਿਆ ਆਇਆ ਜੀ ਹੱਥ ਲਾ ਕੇ ਹਾਂ ਕਿ ਮੈਨੂੰ ਮੇਰੀ ਲਾਈਫ ਤੋਂ ਮੈਂ ਉਹ ਕੋਈ ਜਿਹਨੇ ਜਿਸ ਇਨਸਾਨ ਨੇ ਮੈਂ ਕੀਤਾ ਥੋੜ੍ਹਾ ਸਟੈਪ ਪਿੱਛੇ ਕੀਤਾ ਨਾ ਤਾਂ ਇਨਸਾਨ ਰਿਹਾ ਜੀ ਜੀ ਨਾ ਮੇਰੇ ਕੋਲ ਨੌਕਰੀ ਨਹੀਂ ਹੈ ਹੁਣ ਮੇਰੇ ਕੋਲ ਘਰੇ ਬੈਠਾ ਕੁਛ ਨਹੀਂ ਹੈ ਜੀ ਹੁਣ ਸਿਰਫ ਟਾਈਮ ਦਿੰਦੇ ਸਿੱਧੂ ਬਾਈ ਫਿਰ ਹੁਣ ਦਿੰਦੇ ਆ ਜੀ ਹੁਣ ਕਿਉਂਕਿ ਮੇਰੇ ਆਲੇ ਦੁਆਲੇ ਗਰਾਊਂਡ ਹੈ ਨਹੀਂ ਜੀ ਇੱਕ ਤਾਂ ਮੈਂ ਰਹਿਣਾ ਇਕੱਲਾ ਆਲੇ ਦੁਆਲੇ ਮੇਰੇ ਖੇਤ ਨੇ ਜੀ ਇਕੱਲੇ ਨੂੰ ਮੋਟੀਵੇਟ ਕਰਨਾ ਮੈਨੂੰ ਥੋੜ੍ਹਾ ਔਖਾ ਹੋ ਜਾਂਦਾ ਹੁਣ ਕਿਉਂਕਿ ਹੁਣ ਥੋੜ੍ਹੀ ਏਜ ਵੀ ਹੋ ਗਈ ਹੈ ਨਾ ਜੀ ਕਿਉਂਕਿ ਇੱਥੋਂ ਜਾਣਾ ਉੱਥੇ ਜੀ ਗਰਾਊਂਡ 'ਚ ਉੱਥੇ ਕਰਿਆ ਲੱਗਦਾ ਗਰਾਊਂਡ 'ਚ ਕੋਈ ਆਉਂਦਾ ਨਹੀਂ ਜੀ ਮੈਂ ਕਹਿੰਦਾ 15 ਕਿਲੋਮੀਟਰ ਤੋਂ ਆ ਕੇ ਤੁਸੀਂ ਇੱਥੋਂ ਨਹੀਂ ਆਉਂਦੇ ਹੈਗੇ ਜੀ ਕਈ ਵਾਰ ਕੋਈ ਆਉਂਦਾ ਫਿਰ ਦਿਲ ਟੁੱਟਦਾ ਫਿਰ ਮੈਂ ਕਹਿੰਦਾ ਇੰਨੀ ਦੂਰ ਜਾਣਾ ਵੀ ਹੈ ਮਨ ਜੋ
ਮਤਲਬ ਹੁਣ ਨੂੰ ਜੇ ਮੈਂ ਆਉਂਦਾ ਜੇ ਹੁਣ ਨੂੰ ਮੈਂ ਆਪਣਾ ਵਿਆਹ ਕਰਾ ਕੇ ਆਪਣਾ ਸੈੱਟ ਹੁੰਦਾ ਜੀ ਮਤਲਬ ਮੈਂ ਹੁਣ ਮੈਂ ਮੇਰੀ ਏਜ ਵਿਆਹ ਵਾਲੀ ਚਲੋ ਕਹਿੰਦੇ ਮਾਂ ਦਾ ਘਰ ਦੇ ਕਹਿੰਦੇ ਵਿਆਹ ਕਰਾ ਲਾ ਜੀ ਪਰ ਮੈਂ ਵਿਆਹ ਕਰਾਉਣਾ ਮੈਂ ਉਹਨੂੰ ਖਵਾਉਣਾ ਕੀ ਹੈ ਜੀ ਜੀ ਜਿਹੜੀ ਵਾਈਫ ਨੂੰ ਮੈਂ ਆਪਣੇ ਲੈ ਕੇ ਉਹਨੂੰ ਮੈਂ ਕੀ ਖਵਾਉਂਗਾ ਜੀ ਜਦ ਤਾਂ ਮੈਂ ਆਪ ਹੀ ਕੁਛ ਨਹੀਂ ਕਰ ਰਿਹਾ ਮੈਨੂੰ ਆਪ ਹੀ ਮੈਂ ਸੋਚ ਕੇ ਖਾਂਦਾ ਮੈਂ ਕੀ ਖਾਵਾਂ ਫਿਰ ਉਹਨੂੰ ਮੈਂ ਕੀ ਦੇਣਾ ਨਹੀਂ ਜੀ ਇਹ ਨਹੀਂ ਜੀ ਜੀ ਸਿੱਧੂ ਬਾਈ ਅਕਸਰ ਮੈਂ ਤੁਸੀਂ ਖੇਡਦੇ ਹੋ ਆਲ ਓਪਨ ਦੇ ਲਈ ਮੈਂ ਸੁਣਦਾ ਰਹਿਣਾ ਜਦ ਜਿਹੜੀ ਟੀਮ ਲਈ ਖੇਡਦੇ ਹੋ ਜਾਂ ਟੀਮ ਕਿਤੇ ਹਾਰ ਜਾਂਦੀ ਆ ਵੀ ਸਿੱਧੂ ਡਰਿੰਕ ਜ਼ਿਆਦਾ ਕਰਦਾ ਸਿੱਧੂ ਮੈਚ ਦੀ ਵਧੀਆ ਪਰਫੋਰਮੈਂਸ ਨਹੀਂ ਦੇ ਸਕਿਆ ਡਰਿੰਕ ਕਰਦਾ ਚਲੋ ਡਰਿੰਕ ਹਰ ਇਨਸਾਨ ਕਰਦਾ ਸੋ ਸਿੱਧੂ ਬਾਈ 'ਚ ਕਿੰਨੀ ਕੁ ਸੱਚਾਈ ਆ ਜੀ ਹਾਂਜੀ ਮੈਂ ਕਰਦਾ ਨਹੀਂ ਜੀ ਚਲੋ ਮੈਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਰਿਹਾ ਜਿਸ ਥੋੜ੍ਹੇ ਪਿੱਛੇ ਜੇ ਮੈਂ ਆਪਣੇ ਮਾਇੰਡ ਤੋਂ ਥੋੜ੍ਹਾ ਜਿਹਾ ਲਾਈਨ ਤੋਂ ਪਟਰੀ ਉਤਰ ਗਈ ਸੀ ਜੀ ਜੀ ਉਹ ਇੱਕ ਇਨਸਾਨ ਕਰਕੇ ਜੀ ਫਿਰ ਮੈਂ ਥੋੜ੍ਹਾ ਜਿਹਾ ਨਾ ਡਿਪਰੈਸ਼ਨ 'ਚ ਆ ਗਿਆ ਇਕੱਲਾ ਰਹਿ ਕੇ ਫਿਰ ਮੈਂ ਡਰਿੰਕ ਜ਼ਿਆਦਾ ਯੂਜ਼ ਕਰਨ ਲੱਗ ਗਿਆ ਫਿਰ ਮੈਂ ਥੋੜ੍ਹਾ ਜਿਹਾ ਕਰਨ ਲੱਗ ਪਿਆ ਮੈਨੂੰ ਇੱਦਾਂ ਹੋ ਗਿਆ ਯਾਰ ਫੁੱਟਬਾਲ ਦਾ ਮੈਂ ਨਹੀਂ ਬਾ ਮੈਨੂੰ ਜ਼ਿੰਦਗੀ 'ਚ ਇੱਕ ਵਾਰ ਮਲੋਬਲ ਟੁੱਟ ਗਿਆ ਸੀ ਹਾਂ ਜੀ ਫਿਰ ਨਹੀਂ ਫਿਰ ਮੈਨੂੰ ਉਹਨਾਂ ਮੈਨੂੰ ਜੋ ਕਿਸੇ ਫੋਨ ਕਰਨਾ ਖੇਲਣਾ ਮੈਂ ਕਹਿੰਦਾ ਯਾਰ ਮੈਂ ਤਾਂ ਨਹੀਂ ਖੇਲਣਾ ਮੈਂ ਤਾਂ ਚੱਲਿਆ ਇੱਥੇ ਮੈਂ ਤਾਂ ਇੱਥੇ ਚੱਲਿਆ ਮੈਂ ਤਾਂ ਪਾਰਟੀ ਚੱਲਿਆ ਜਾਂ ਮੈਂ ਉੱਥੇ ਚੱਲਿਆ ਜੀ ਕਿ ਮੈਂ ਇੱਦਾਂ ਲਾਲਾ ਲਾ ਟਾਲ ਦੇਣਾ ਹਾਂ ਮੈਂ ਨਹੀਂ ਖੇਲਣਾ ਮੇਰਾ ਮਨ ਵੀ ਨਹੀਂ ਕਰਦਾ ਫਿਰ ਮੈਨੂੰ ਉਹਦੇ ਨਹੀਂ ਯਾਰ ਜੀ ਮੈਨੂੰ ਐਂ ਹੁੰਦਾ ਸੀ ਮੈਂ ਉਹਦਾ ਕੁਛ ਜਾਂ ਮੈਂ ਕਰਾਂ ਮੈਂ ਉਹਦੇ ਬਾਰੇ ਸੋਚੀ ਜਾਣਾ ਫਿਰ ਉਹਦੇ ਕਰਕੇ ਥੋੜ੍ਹਾ ਜਿਹਾ ਮੈਂ ਆਪਣਾ ਆਪਣੇ ਆਪ ਨੂੰ ਹੁਣ ਲਾਈਫ ਪਿੱਛੇ ਚਲ ਗਈ ਸੀ ਹੁਣ ਸੋਚਦਾ ਜੀ ਮੈਂ ਉਦੋਂ ਗਲਤ ਕਰਦਾ ਸੀ ਆਪਣੇ ਆਪ ਨਾਲ ਕਰ ਦੋ ਕਿਸੇ ਦਾ ਕੀ ਗਿਆ ਕੁਛ ਵੀ ਨਹੀਂ ਗਿਆ ਜੀ ਨਾਮ ਮੈਂ ਆਪਣਾ ਖਰਾਬ ਕੀਤਾ ਜੀ ਐਵੇਂ ਮੈਂ ਕਹਿੰਦਾ ਪਤਾ ਹੀ ਹੈ ਟੀਮਾਂ ਜਿਹੜੇ ਖੇਲਦੇ ਨੇ ਕਿ ਹਾਂ ਸਿੱਧੂ ਤਾਂ ਕੁਛ ਜਮੇ ਪੀਤੀ ਦਾਰੂ ਦੂਰੂ ਪੀਤੀ ਹੋਈ ਹੈ ਜਾਂ ਇੱਦਾਂ ਜੀ ਠੀਕ ਹੈ ਜੀ ਮੈਂ ਥੋੜ੍ਹਾ ਗਲਤ ਸੀਗਾ ਲਾਈਨ ਤੋਂ ਭਟਕਿਆ ਸੀ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਮੈਂ ਉਹ ਕਰਦਾ ਸੀ ਪਰ ਉਹ ਮੈਂ ਗਰਾਊਂਡ ਤੋਂ ਬਾਹਰ ਸੀ ਜੀ ਜਿਹੜੀ ਪਰਫਾਰਮ ਕਰ ਰਿਹਾ ਮੈਂ ਗਰਾਊਂਡ ਦੇ ਵਿੱਚ ਕਰ ਰਿਹਾ ਜੀ ਤੁਸੀਂ ਮੇਰੀ ਬਾਹਰ ਦੀ ਲਾਈਫ ਨਾ ਜੱਜ ਕਰੋ ਜੀ ਤੁਸੀਂ ਮੇਰੇ ਅੰਦਰ ਜੱਜ ਕਰੋ ਕਿ ਮੈਂ ਖੇਡ ਕੇ ਦਿਖਾ ਰਿਹਾ ਕਿ ਦਿਖਾ ਰਿਹਾ ਜੀ ਉਹ ਦੇਖ ਜੱਜ ਕਰੋ ਇਹ ਥੋੜ੍ਹਾ ਮੈਂ ਕਹਿਣਾ ਚਾਹੁੰਦਾ ਕਿ ਬਾਹਰ ਨਾ ਕਰੋ ਜੀ ਬਾਹਰ ਸਭ ਦੀ ਆਪਣੀ ਲਾਈਫ ਹੁੰਦੀ ਹੈ ਜੀ ਉਹ ਇੱਦਾਂ ਸੀ ਮੈਂ ਥੋੜ੍ਹਾ ਜਿਹਾ ਖੁੱਲ੍ਹੇ ਸੁਭਾਅ ਸੀ ਮੈਂ ਚੱਲ ਸ਼ਰਿਆਂ ਪਰਵਾਹ ਨਹੀਂ ਮੰਨਦਾ ਕਿ ਹਾਂ ਯਾਰ ਜੀ ਜੇ ਮੈਂ ਪੈਗ ਲਾਉਣ ਲੱਗਾ ਤਾਂ ਮੈਂ ਲਾ ਲੈਂਦਾ ਸੀ ਜੀ ਕੋਈ ਲੋਕ ਸਭ ਕਰਦੇ ਮੈਂ ਹੁਣ ਆਪਾਂ ਮੈਨੂੰ ਤਾਂ ਸਭ ਦਾ ਮੈਂ ਵਿੱਚ ਰਿਹਾ ਸਾਰੇ ਦੇ ਸਾਰੇ ਦੁਨੀਆ ਪਰ ਮੈਂ ਚ ਉਹਲਾ ਨਹੀਂ ਸੀ ਬਾਕੀ ਸਭ ਚ ਉਹਲਾ ਜੀ ਜੀ ਬਸ ਇਹ ਨੁਕਸਾਨ ਸੀ ਮੇਰੇ ਸਿੱਧੂ ਬਾਈ ਕੁਲੀਆਵਾਲ ਦੀ ਟੀਮ ਲਈ ਕਿੰਨਾ ਟਾਈਮ ਖੇਡੇ ਹੋ ਪਿੰਡ ਕੁਲੀਆਵਾਲ ਸੀ ਜਾਂ ਕਿਤੇ ਹੋਰ ਰਹਿ ਸੀ ਤੁਹਾਡੀ ਆਪਣੀ ਮੈਂ ਜੀ ਜਮਾਲਪੁਰ ਵਿੱਚ ਰਹਿੰਦਾ ਮੈਂ ਇੱਧਰ ਫੇਸ 2 ਚ ਰਹਿੰਦਾ ਸੀ ਜੀ ਜਿਹੜਾ ਸ਼ਹਿਰ ਵਾਲਾ ਪਾਸਾ ਪੈ ਜਾਂਦਾ ਜੀ ਕੁਲੀਆਵਾਲ ਜਾਣੀ ਪਿੰਡ ਲੱਗ ਗਏ ਸੀ ਪਿੰਡ ਸੜਕ ਪਾਰ ਸਮਲਾ ਚ ਟੱਪ ਕੇ ਰੋਡ ਟੱਪ ਕੇ ਇੱਧਰ ਕੁਲੀਆਵਾਲ ਵੱਜਦਾ ਸੀਗਾ ਉਹ ਜਮਾਲਪੁਰ ਕੁਲੀਆ ਇਕੱਠਾ ਕਹਿੰਦੇ ਸੀ ਜੀ ਤੇ ਮੇਰੇ ਪਿੱਛੇ ਪ੍ਰੂਫ ਪਿੱਛੇ ਜਮਾਲਪੁਰ ਆਉਂਦਾ ਸੀ ਉਹ ਜਮਾਲਪੁਰ ਕੁਲੀਆ ਇਕੱਠਾ ਵਜੇ ਤਾਂ ਫਿਰ ਮੈਂ ਜਮਾਲਪੁਰ ਕੁਲੀਆ 'ਚ ਖੇਡਣ ਲੱਗ ਪਿਆ ਕਿਉਂਕਿ ਮੈਨੂੰ ਖੇਡਣਾ ਗਰਾਊਂਡ ਸਾਲ ਫਿਰ ਪਿੰਡ ਲਈ ਖੇਡਿਆ ਕੁਲੀਆ ਮੈਂ ਜੀ 3-4 ਸਾਲ ਖੇਡਿਆ ਕਿਉਂਕਿ ਮੈਂ ਕਿੱਥੇ ਘੱਟ ਆਉਂਦਾ ਸੀ ਪਰ ਜਦੋਂ ਵੀ ਆਉਂਦਾ ਸੀਗਾ ਫਿਰ ਮੈਂ ਖੇਡ ਲੈਂਦਾ ਸੀ ਤੇ ਚੱਲ ਆਇਆ ਫਿੱਟ ਹੁੰਦਾ ਸੀ ਮੈਚ ਮੈਚ ਖੇਡ ਲੈਂਦਾ ਸੀ ਇਹਨਾਂ 'ਚ ਇੱਦਾਂ ਹੁੰਦਾ ਸੀ ਸਿੱਧੂ ਬਾਈ ਇੱਕ ਚੀਜ਼ ਹੋਰ ਦੇਖਣ ਨੂੰ ਬਹੁਤ ਮਿਲਦੀ ਸੀ ਤੁਸੀਂ ਟੀਮ ਦੇ ਵਿੱਚ ਮੇਨ ਡਿਫੈਂਡਰ ਸੀ ਜਦ ਕਿਤੇ ਗੋਲ ਹੋ ਜਾਂਦਾ ਸੀ ਕੁਲੀਆਵਾਲ ਦੀ ਟੀਮ ਦੇ ਵੱਲ ਗੋਲ ਦਾ 3-3, 4-4 ਵੀ ਉਤਰ ਜਾਂਦੇ ਸੀ ਅਕਸਰ ਮੈਂ ਦੇਖਿਆ ਮੈਚਾਂ ਦੇ ਵਿੱਚ ਤੁਸੀਂ ਜਰਸੀ ਲਾ ਕੇ ਬਾਹਰ ਆ ਜਾਂਦੇ ਸੀ ਕੀ ਮਨੋਬਲ ਟੁੱਟ ਜਾਂਦਾ ਸੀ ਜਾਂ ਗੁੱਸਾ ਆ ਜਾਂਦਾ ਸੀ ਨਹੀਂ ਪਹਿਲੀ ਗੱਲ ਤਾਂ ਬਹੁਤ ਮੈਂ ਗਲਤ ਕਰਦਾ ਮੈਂ ਬਾਅਦ ਸੋਚਦਾ ਵਾਂ ਜੀ ਪਰ ਮੇਰੀ ਸੋਚਣੀ ਇਹ ਸੀਗੀ ਦੇਖੋ ਕਿਉਂਕਿ ਲਾਈਵ ਚੱਲਦਾ ਤੁਹਾਨੂੰ ਇੰਨੇ ਦਰਸ਼ਕ ਦੇਖ ਰਹੇ ਨੇ ਮੈਚ ਮੇਰੀ ਸੋਚਣੀ ਇਹ ਹੁੰਦੀ ਸੀ ਦੇਖੋ ਜੀ ਮੈਨੂੰ ਜਦੋਂ ਮੈਂ ਮੈਚ ਖੇਡਦਾ ਮੈਨੂੰ ਗੁੱਸਾ ਆਵੇ ਮੈਨੂੰ ਹਾਰ ਪਸੰਦ ਨਹੀਂ ਮੈਨੂੰ ਗੁੱਸਾ ਆਉਂਦਾ ਜੀ ਮੈਂ ਕਿਉਂਕਿ ਮੈਂ ਜ਼ੋਰ ਮਾਰਦਾ ਪੂਰਾ ਜਦੋਂ ਮੈਂ ਹਾਂ ਜਦੋਂ ਮੈਂ ਇਕੱਲਾ ਮਾਰਦਾ ਮੈਨੂੰ ਬਾਕੀ ਤੇ ਗੁੱਸਾ ਆਉਂਦਾ ਯਾਰ ਤੁਸੀਂ ਕੀ ਕਰਦੇ ਹੋ ਜੀ ਕਿ ਤੁਸੀਂ ਵੀ ਸਾਥ ਦਿਓ ਨਾ ਮੈਂ ਇਕੱਲਾ ਕੀ ਕਰੀ ਜਾਵਾਂ ਹੁਣ ਕੋਈ ਇਹ ਤਾਂ ਵੀਰੇ ਉਹ ਹੈ ਨਹੀਂ ਕਿ ਮੈਂ ਇਕੱਲਾ ਪਿੱਛੇ ਬਾਲ ਲੈ ਕੇ ਅੱਗੇ ਚੱਲ ਜਾਵਾਂ ਬਿਲਕੁਲ ਜੀ ਹਨਾ ਅੱਜ ਕੱਲ੍ਹ ਕਿਹੜਾ ਜਾਣ ਦਿੰਦਾ ਵਾ ਜੀ ਫਿਰ ਜਦੋਂ ਮੈਨੂੰ ਗੁੱਸਾ ਆਉਂਦਾ ਫਿਰ ਮੈਨੂੰ ਜਿਵੇਂ ਟੀਮ ਵਾਲੇ ਸਾਰੇ ਹੁੰਦੇ ਮੈਨੂੰ ਥੋੜ੍ਹਾ ਆਉਂਦਾ ਸੀ ਕਿਸੇ ਨੂੰ ਮੈਂ ਕੁਛ ਕਹੂੰਗਾ ਜਾਂ ਮੈਂ ਕਿਸੇ ਗਾਲ ਕੱਢੂ ਜਾਂ ਕਿਤੇ ਹੱਥ ਵੀ ਚੱਕ ਦੇਵਾਂ ਗੱਲਾਂ ਵੱਜ ਜਾਵੇ ਗੱਲ ਨਾ ਬਾਈ ਫਿਰ ਮੈਂ ਜਰਸੀ ਲੈ ਕੇ ਆਪਣਾ ਗੁੱਸਾ ਕੰਟਰੋਲ ਕਰ ਮੈਂ ਬਾਹਰ ਆ ਜਾਂਦਾ ਸੀ ਕਿ ਮੈਂ ਵਿੱਚ ਖੜਾ ਰਹਿਣਾ ਫਿਰ ਮੇਰੇ ਤੋਂ ਜਾ ਕਿਸੇ ਨੂੰ ਗਾਲ ਗੁਲ ਕੱਢੂੰਗਾ ਕਿ ਚੱਲ ਮੈਨੂੰ ਕਿਸੇ ਨੇ ਕਹਿਣਾ ਤਾਂ ਐਂ ਕਿ ਬੱਚਾ ਜੂਨੀਅਰ ਨੇ ਮੇਰੇ ਦਿਲ 'ਚ ਗੁੱਸਾ ਕਰਨ ਕਿ ਸਾਨੂੰ ਦਾੜ ਤੇ ਰੋਹ ਮਾਰਦਾ ਫਿਰ ਮੈਂ ਆਪਣਾ ਨੂੰ ਬਾਹਰ ਕੱਢ ਲੈਂਦਾ ਕਿ ਯਾਰ ਮੈਂ ਬਾਹਰ ਆ ਜਾਂਦਾ ਕਿ ਤੁਸੀਂ ਖੇਡੋ ਫਿਰ ਰਹਿਣ ਦੋ ਮੈਨੂੰ ਉਸ ਤੋਂ ਬਾਅਦ ਸਿੱਧੂ ਬਾਈ ਕਦੇ ਪਛਤਾਵਾ ਨਹੀਂ ਹੁੰਦਾ ਸੀਗਾ ਵੀ ਯਾਰ ਮੈਂ ਸੀਨੀਅਰ ਆ ਐਡੀ ਦੂਰ ਤੱਕ ਮੈਂ ਖੇਡਿਆ ਮੈਂ ਮੈਚ ਤੋਂ ਬਾਹਰ ਆ ਗਿਆ ਦਰਸ਼ਕ ਕੀ ਸੋਚਦੇ ਹੋਣਗੇ ਵੀਰੇ ਥੋੜ੍ਹਾ ਬੈਡ ਇੰਪ੍ਰੈਸ਼ਨ ਤਾਂ ਪੈਂਦਾ ਸੀ ਪਰ ਜਿਹੜਾ ਮੇਰਾ ਤੁਹਾਨੂੰ ਦੱਸਿਆ ਪੁਆਇੰਟ ਆਫ ਵੀ ਆਹ ਸੀਗਾ ਕਿ ਜਿਹੜੇ ਜੂਨੀਅਰ ਮੇਰੇ ਨਾਲ ਖੇਲਦੇ ਸੀ ਇਹ ਇਹਨਾਂ ਕਰਕੇ ਇਹ ਨਹੀਂ ਫਿਰ ਜ਼ਿਆਦਾ ਜ਼ੋਰ ਮਾਰਦੇ ਇਹਨਾਂ ਧਿਆਨ ਹੋਰ ਪਾਸੇ ਹੁੰਦਾ ਸੀ ਕਿ ਤੂੰ ਜ਼ੋਰ ਜਾਏ ਮੈਂ ਕਹਿੰਦਾ ਆਏ ਹੋ ਜਾਂ ਜ਼ੋਰ ਮਾਰ ਲਓ ਜਾਂ ਫਿਰ ਆ ਜਾਣਾ ਕਰੋ ਤੁਸੀਂ ਮੈਨੂੰ ਫੋਨ ਕਰਦੇ ਹੋ ਵੀਰੇ ਮੈਚ ਆ ਜਾਓ ਜੀ ਮੈਂ ਜ਼ੋਰ ਮਾਰਦਾ ਹਾਂ ਮੈਂ ਵੀ ਕਿੱਥੋਂ ਤੁਰ ਕੇ ਆਉਣਾ ਹਨਾ ਮੈਂ ਤਾਂ ਇਹ ਨਹੀਂ ਕਿਹਾ ਮੈਨੂੰ ਕੋਈ ਖਰਚਾ ਦਿਓ ਜਾਂ ਮੈਂ ਤੁਹਾਨੂੰ ਪਤਾ ਤੁਸੀਂ ਐਂਟਰੀ ਫੀਸ ਦੇਣੀ ਚਲੋ ਤੁਸੀਂ ਆਪਾਂ ਸਾਰੇ ਮਿਲ ਕੇ ਕਰਦੇ ਹਾਂ ਕਦੀ ਇਹ ਨਹੀਂ ਕਿਹਾ ਤੇ ਤੁਸੀਂ ਆਉਂਦੇ ਵੀ ਜ਼ੋਰ ਵੀ ਮਾਰੋ ਜੀ ਕਿਉਂਕਿ ਦਿਹਾੜੀ ਛੱਡ ਕੇ ਆਉਂਦੇ ਹੋ
ਫਿਰ ਮੈਨੂੰ ਅਮਰਵੰਤ ਪਹਿਲੀ ਵਾਰ ਆਲ ਉੱਪਰ ਅਮਰਵੰਤ ਨੇ ਮੈਂ ਖੇਡਿਆ ਸੀ, ਮੈਨੂੰ ਉਹਨੇ ਕੀਤਾ ਸੀ, ਮੈਨੂੰ ਬੁੱਢੇ ਵਾਲੇ ਖੇਡੇ ਜੇ ਸੀ ਜੀ, ਕਿ ਮੈਨੂੰ ਸਰ ਇੰਨਾ ਪਤਾ ਮੈਂ ਅਮਰਵੰਤ ਅਮਰਵੰਤ ਤੇ ਮੈਂ ਸੀਗੇ ਜੀ, ਬਾਕੀ ਕੌਣ ਸੀ ਮੈਨੂੰ ਨਹੀਂ ਪਤਾ ਜੀ, ਨਾਂ ਨੂੰ ਮੈਨੂੰ ਪਤਾ ਨਹੀਂ ਕੌਣ ਸੀ ਕੌਣ ਖੇਡਦੇ ਸੀ ਮੇਰੇ ਨਾਲ ਜੀ। ਟੂਰਨਾਮੈਂਟ ਪਹਿਲੀ ਵਾਰ ਜਿੱਤੇ ਉਹ ਜਿੱਤੇ ਵੀ ਟੂਰਨਾਮੈਂਟ ਅਸੀਂ ਸੀਗੇ ਜੀ, ਉਹ ਪਹਿਲੀ ਸਟਾਰਟ ਅਮਰਵੰਤ ਨਾਲ ਕੀਤੀ ਹੈ ਮੈਂ ਜੀ, ਹੋਰ ਤਾਂ ਨਹੀਂ ਮੈਨੂੰ ਮੈਂ ਕੰਮ ਕਿਸੇ ਨਾਲ ਖੇਡਿਆ। ਸਿੱਧੂ ਬਾਈ ਪੰਜਾਬ ਤੁਸੀਂ ਘੱਟੇ ਵਿੱਚ ਟੂਰਨਾਮੈਂਟਾਂ ਦੇ ਹੈ ਨਾ, ਤੇ ਕਦੇ ਬੈਸਟ ਵੀ ਬਣਿਆ ਫਿਰ ਆਲ ਓਪਨ ਟੂਰਨਾਮੈਂਟ ਪਿੰਡ ਲੈਵਲ ਦੇ? ਕਿਤੇ ਵੀਰੇ ਮੈਂ ਸਟੋਪਰ ਕਦੀ ਬੈਸਟ ਬਣਦੇ ਦੇਖਿਆ ਜੀ, ਡਿਫੈਂਡਰ ਕਦੀ ਵੀਰੇ ਬੈਸਟ ਬਣਦੇ ਨਹੀਂ ਮੇਰੇ ਪੰਜਾਬ ਦੇ ਹਿਸਾਬ ਨਾਲ ਤਾਂ ਕਦੀ ਬਣ ਨਹੀਂ ਸਕਦਾ ਵੀਰੇ ਜੀ, ਕਿਉਂਕਿ ਵੀਰੇ ਮੈਂ ਦੇਖਿਆ ਸੀ 90 ਮਿੰਟ ਕੀ ਅਪੀਲ ਹੈ ਫਿਰ ਕਮੇਟੀਆਂ ਨੂੰ ਤੁਹਾਡੀ? ਅਪੀਲ ਵੀਰੇ ਇਹ ਹੈ ਕਿ ਤੁਸੀਂ ਸਾਰਾ ਦੇਖੋ ਕਿ ਪਲੇਅਰ ਕਿਹੜਾ ਚੰਗਾ ਵਾ ਜੀ, ਹੁਣ ਅਸੀਂ ਵੀਰੇ 90 ਮਿੰਟ ਬਚਾਉਣੇ ਨੇ ਜੀ, 90 ਮਿੰਟ ਤੇ ਆਏ 90 ਮਿੰਟ ਤੇ ਆ ਕੇ ਕਿਸੇ ਨੇ ਆ ਕੇ ਟੋਕ ਮਾਰਤੀ ਫਾਈਨਲ ਮੈਚ ਚੱਲਦਾ ਵੀਰੇ, ਉਹਨੂੰ ਮੋਟਰਸਾਈਕਲ ਦੇ ਦੇਣਾ ਵਾ ਜੀ, ਜੇ 90 ਮਿੰਟ ਬਚਾਏ ਨੇ ਜੀ, ਬੈਸਟ ਪਲੇਅਰ ਨੂੰ ਵੀਰੇ 11,000 10,000 ਜੋ ਬਾਈਕ ਹੈ ਉਹ ਬੈਸਟ ਪਲੇਅਰ ਸਟ੍ਰਾਈਕਰ ਨਿਕਲਦਾ ਵਾ ਜੀ, ਕਦੀ ਫੁੱਲ ਬੈਕ ਦੇਖਿਆ ਤੇ ਨਿਕਲਦਾ, ਕਦੀ ਵਿੰਗਰ ਦੇਖੇ ਨੇ। ਸਿੱਧੂ ਬਾਈ ਦਾ ਰੋਸ ਆ ਵੀ ਚਾਰੇ ਸਾਈਡਾਂ ਕੱਢਣੀਆਂ ਚਾਹੀਦੀਆਂ, ਸਾਰੇ ਕੱਢੋ, ਡਿਫੈਂਡਰ ਵੀ ਕੱਢੋ, ਕੀਪਰ ਵੀ ਕੱਢੋ, ਸਟ੍ਰਾਈਕਰ ਵੀ ਕੱਢੋ, ਅਕਸਰ ਜ਼ਿਆਦਾ ਦੇਖਿਆ ਜਾਂਦਾ ਵੀ ਸਟ੍ਰਾਈਕਰ ਦੇ ਜ਼ੋਰ ਦਿੱਤਾ ਜੇ ਵੀਰੇ, ਮੈਂ ਕਿਹਾ ਮੈਂ ਡਿਫੈਂਡਰ ਖੇਲਣਾ ਹੀ ਨਹੀਂ, ਮੈਂ ਸਟ੍ਰਾਈਕਰ ਖੇਡੂੰਗਾ, ਪਿੱਛੇ ਕਿਹੜਾ ਕੁਝ ਮਿਲਦਾ ਵਾ ਜੀ, ਫਿਰ ਲੋਕਾਂ ਨੇ ਖੇਲਣਾ ਅੜ ਜਾਣਾ। ਬਿਲਕੁਲ ਸਿੱਧੂ ਬਾਈ, ਮੈਂ ਕਈ ਪਲੇਅਰ ਦੇਖੇ ਨੇ ਆਪਣੇ ਸਾਈਡਾਂ ਚੇਂਜ ਕਰ ਦਿੰਦੇ ਨੇ ਜੀ, ਮੈਂ ਸਾਈਡ ਚੇਂਜ ਕਰ ਦਿੰਦਾ ਜੀ, ਪਤਾ ਵੀ ਉੱਥੇ ਪਰਫਾਰਮੈਂਸ ਘੱਟ ਦਵਾਂਗੇ ਪਰ ਤਾਂ ਵੀ ਜੀ, ਸ਼ਾਇਦ ਦਾਲ ਅੱਜ ਉੱਥੇ ਬੰਦਾ ਇਨਾਮ ਮਿਲ ਜਾਵੇ ਜੀ। ਸਿੱਧੂ ਬਾਈ ਕਦੇ ਕਾਰਡ ਹੋਇਆ ਮੈਚ ਚੱਲਦੇ ਮੈਚ ਦੇ ਵਿੱਚ ਕਦੇ? ਬਹੁਤ ਘੱਟ ਵੀਰੇ ਜੀ, ਕਿਉਂਕਿ ਮੈਨੂੰ ਇੱਦਾਂ ਮਾਰ ਕੇ ਮੈਂ ਨਹੀਂ, ਬਹੁਤ ਘੱਟ ਹੋਇਆ ਜੀ, ਕਦੇ ਐਂ ਲੱਗ ਜਾਂਦੀ ਹੈ ਵੱਜ ਜਾਂਦੀ ਆਪਸ 'ਚ ਕਦੀ, ਪਰ ਇੱਦਾਂ ਐਂ ਨਹੀਂ, ਸੋਚ ਕੇ ਨਹੀਂ ਕਦੀ ਕਦੇ ਖੁੰਦ ਕੇ ਨਾ ਮਾਰਿਆ ਜੀ, ਮੈਂ ਕਦੇ ਕਿਸੇ ਨਾਲ ਮੇਰੇ ਕਿਹੜਾ ਵੀਰੇ ਕਿਸੇ ਦੁਸ਼ਮਣੀ ਆਪਾਂ ਨਹੀਂ ਕਿਸੇ ਨਾਲ ਹੈਗੀ, ਕਿਸੇ ਟੀਮ ਨਾਲ ਨਹੀਂ ਕਿਸੇ ਨਾਲ ਨਹੀਂ ਹੈਗੀ ਜੀ, ਕਦੀ ਮੈਂ ਬਹੁਤ ਘੱਟ ਹੋਇਆ, ਸ਼ਾਇਦ ਕਿਤੇ ਹੋ ਜਾਂਦਾ ਵੀਰੇ ਕਈ ਵਾਰ ਅਚਾਨਕ ਹੀ ਵੱਜ ਜਾਂਦੀ ਹੈ। ਬਿਲਕੁਲ ਸਿੱਧੂ ਬਾਈ, ਆਲ ਓਪਨ ਦੇ ਟੂਰਨਾਮੈਂਟ ਕੀ ਸਿਸਟਮ ਬਣਾਉਣੇ ਚਾਹੀਦੇ ਨੇ, ਕੀ ਪੇ ਪ੍ਰਾਈਜ਼ ਹੋਣੇ ਚਾਹੀਦੇ ਨੇ? ਪ੍ਰਾਈਜ਼ ਬਾਈ ਮੇਰੇ ਹਿਸਾਬ ਨਾਲ ਲੱਖਾਂ ਤੋਂ ਪ੍ਰਾਈਜ਼, ਲੱਖਾਂ ਰੁਪਏ ਪ੍ਰਾਈਜ਼ ਤੋਂ ਵੱਧ ਰੱਖੇ ਜਾਂਦੇ ਨੇ, ਸਹੀ ਮੰਨਦਾ ਸਿੱਧੂ ਬਾਈ ਉਹਨਾਂ ਨੂੰ? ਨਹੀਂ ਵੀਰੇ, ਮੈਂ ਜੇ ਵੀਰੇ ਲੱਖ ਰੱਖਣੇ ਨੇ ਫਿਰ ਤੁਸੀਂ ਕੁਆਟਰ ਤੱਕ ਰੱਖੋ, ਜੇ ਤੁਸੀਂ ਲੱਖ ਦੇ ਸਕਦੇ ਹੋ ਨਾ ਜੀ, ਫਿਰ ਸੈਮੀ ਨੂੰ ਵੀ ਦਿਓ, ਤੁਸੀਂ ਕੁਆਟਰ ਨੂੰ ਵੀ ਦਿਓ ਜੀ, ਸੈਮੀ ਨੂੰ ਅਕਸਰ ਹੁੰਦਾ ਹੀ ਹੈ ਜੀ, ਥੱਲੇ ਤੱਕ ਨਾਮ ਦਾ ਕੁਆਟਰ ਤੱਕ, ਕੁਆਟਰ ਤੱਕ ਦਿਓ ਵੀਰੇ, ਕਿਉਂਕਿ 8 ਟੀਮਾਂ ਨੂੰ ਵੀਰੇ ਸਾਰੇ, ਅੱਜ ਕੱਲ੍ਹ ਮੈਂ ਕਹਿੰਦਾ ਟੀਮ 'ਚ 2-3 ਪਲੇਅਰ ਹੀ ਹੋਣਗੇ ਜਿਹੜੇ ਚੱਲ ਠੀਕ ਹੈ, ਜਿਹਨੂੰ ਲੋੜ ਚੱਲ ਠੀਕ ਹੈ ਜੀ, ਸਰਦਾ ਘਰੇ, ਬਾਕੀ ਵੀਰੇ ਦਿਹਾੜੀ ਤੋੜ ਕੇ ਆਉਂਦੇ ਨੇ ਜੀ, ਜੇ ਕੁਆਟਰ ਤੱਕ ਆਪਾਂ ਦੇਵਾਂਗੇ ਟੀਮਾਂ ਨੂੰ ਇਹੋ ਜਿਹੇ, ਜਦ ਬਾਕੀ ਪਲੇਅਰਾਂ ਨੂੰ ਯਾਰ ਚੱਲ ਸਾਡਾ ਕਿਰਾਏ ਨਿਕਲ ਜਾਂਦਾ ਜੀ, ਸਾਰੇ ਵੀਰੇ ਮੋਟਰਸਾਈਕਲ 'ਤੇ ਜਾਂਦੇ ਨੇ, ਕੋਈ ਕਿਤੇ ਕੋਈ ਬੱਸੇ ਆਉਂਦਾ ਵਾ, ਸਭ ਨੂੰ ਵੀਰੇ ਹੁੰਦਾ ਵਾ, ਮੈਨੂੰ ਵੀ ਹੁੰਦਾ ਜੀ, ਕਿ ਮੈਂ ਖੇਡਣ ਚੱਲਿਆ ਮੈਨੂੰ ਘਰ ਦੇ ਪੁੱਛਦੇ ਨੇ ਆ ਕੇ ਕੁਝ ਜਿੱਤ ਗਿਆ, ਮੈਂ ਕਹਿੰਦਾ ਨਹੀਂ ਜੀ, ਫਿਰ ਕੀ ਆਇਆ ਕੀ ਕੀ ਕੁਛ ਲੈ ਕੇ ਆਇਆ ਕਿ ਤੂੰ, ਮੈਂ ਕਹਿੰਦਾ ਨਹੀਂ, ਕਹਿੰਦਾ ਫਿਰ ਜਾਣਾ ਕਰਨਾ ਤੋੜ ਕੇ ਆਉਣਾ ਕੀ ਫਾਇਦਾ ਵਾ ਛੱਡ ਪਰੇ ਜੀ, ਕਿ ਕੁਆਟਰ ਇਨਾਮ ਮੈਂ ਕਹਿੰਦਾ 51-62 ਕਰ ਲੈਣ, 71-71 ਕਰ ਲੈਣ, ਥੱਲੇ ਤੱਕ ਦੇਣ, ਥੋੜਾ ਥੱਲੇ ਤੱਕ ਕਰ ਦੇਣ ਜੀ, ਕਿ ਜੇ 10-10 ਹਜ਼ਾਰ ਵੀ ਸਾਰੀ ਟੀਮਾਂ ਨੂੰ ਕੁਆਟਰ ਤੱਕ ਮਿਲਦਾ ਤਾਂ ਚਲੋ ਹੌਸਲਾ ਵੀਰੇ ਟੀਮਾਂ ਦੇ ਵਿੱਚ ਰੋਸ ਨਾ ਹੋਵੇ। ਹਾਂਜੀ ਜੀ, ਸਿੱਧੂ ਬਾਈ ਐਡੇ ਐਡੇ ਤਕੜੇ ਪਲੇਅਰਾਂ ਨਾਲ ਖੇਡ ਚੁੱਕੇ ਹੋ, ਤੁਹਾਡੇ ਨਾਲ ਪਲੇਅਰ ਜਿਹੜੇ ਖੇਡ ਕੇ ਅੱਜ ISL 'ਚ ਵੀ ਖੇਡਦੇ ਨੇ, ਖੇਡਦੇ ਨੇ ਇੰਡੀਆ 'ਚ, ਸਿੱਧੂ ਕਿੱਥੇ ਰਹਿ ਗਿਆ? ਮੈਂ ਦੱਸਿਆ ਜੀ, ਮੈਂ ਥੋੜਾ ਜਿਹਾ ਇੱਕ ਇਨਸਾਨ ਕਰਕੇ ਜੀ, ਕਿਹੜੇ ਕਿਹੜੇ ਪਲੇਅਰ ਤੁਹਾਡੇ ਨਾਲ ਖੇਡ ਕੇ ਅੱਜ ISL ਦੇ ਵਿੱਚ ਨੇ? ਮੇਰੇ ਨਾਲ ਜੀ ਹੁਣ ਇੱਕ ਮੁੰਡਾ ਰੇਨੀਅਰ ਹੈ ਜੀ, ਜੋ ਹੁਣ ਇੰਡੀਆ ਵਿੱਚ ਵੀ ਹੈਗਾ ਵਾ ਜੀ, ਉਹ ਆਪਣਾ ਬੰਬੇ ਸਿਟੀ 'ਚ ਹੁਣ ਉੜੀਸਾ ਵਿੱਚ ਚਲੇ ਗਿਆ ਜੀ, ਵੇਨ ਵਾਸ ਹੈਗਾ ਵਾ ਜੀ, ਉਹ ਚਲੇ ਗਿਆ ਮੋਮਡਨ ਚਲੇ ਗਿਆ, ਨੌਰਥ ਈਸਟ ਖੇਡਿਆ ਹੋਇਆ ਵਾ ਜੀ, ਇੱਕ ਗੋਲਕੀਪਰ ਵੀ ਹੈਗਾ ਵਾ ਜੀ, ਗੋਕਲਮ ਵਿੱਚ ਖੇਲਦਾ ਵਾ ਜੀ, ਮਹਿਤਾਬ ਮਿੰਨਾ ਹੁੰਦਾ ਸੀ, 14 ਹੁੰਦਾ ਸੀ, ਉਹ ਹੁੰਦਾ ਸੀ, 8-10 ਪਲੇਅਰ ਹੈਗੇ ਨੇ ਵੀਰੇ ਮੇਰੇ ਨਾਲ ਖੇਡੇ ਹੋਏ ਨੇ, ਮੇਰੇ ਸਾਹਮਣੇ ਅਸੀਂ ਇਕੱਠੇ ਨੇ, ਮੇਰੇ ਕੋਲ ਨਾਲ ਕੋਲੋਂ ਮੇਰਾ ਆਪਾਂ ਖੇਡੇ ਇੰਡੀਆ ਮੇਰੇ ਨਾਲ ਹੀ ਹੁੰਦੇ ਸੀ, ਗਏ ਨੇ ਇਕੱਠੇ ਨਾਲ ਹੀ ਇੰਡੀਆ ਖੇਡਣ ਮੇਰੇ ਤੋਂ ਬਾਅਦ ਜੀ। ਸਿੱਧੂ ਬਾਈ ਕਦੇ ਗੱਲ ਹੁੰਦੀ ਹੈ ਨਾ ਪਲੇਅਰਾਂ ਦੇ ਨਾਲ? ਹਾਂਜੀ ਹਾਂਜੀ ਹੋ ਜਾਂਦੀ, ਜਾਂ ਫਿਰ ਕਿਵੇਂ ਮਨ ਦੇ ਵਿੱਚ ਕਦੇ ਗੱਲ ਹੋਣ ਤੋਂ ਬਾਅਦ ਉਦਾਸ ਹੁੰਦਾ ਮਨ? ਹੁੰਦਾ ਜੀ, ਮੈਂ ਨਾਲ ਮੇਰੇ ਐਂ ਦੇਖਦਾ ਵੀ ਜੇ ਵੀ ਇਹ ਪਲੇਅਰ ਮੇਰੇ ਨਾਲ ਸੀ, ਅੱਜ ਇਹ ਪਲੇਅਰ ਕਿੱਥੇ ਨੇ, ਕਿੱਥੇ ਨੇ, ਮੈਂ ਕਿੱਥੇ ਰਹਿ ਗਿਆ, ਮੈਂ ਕਿੱਥੇ ਬੈਠਾ, ਕੁਝ ਗਲਤੀਆਂ ਤੇ ਕੁਝ ਕਾਰਨ ਕਰਕੇ, ਬਹੁਤ ਗਲਤੀਆਂ ਨੇ ਜੀ ਜੀ, ਆਪਣੇ ਕਰਕੇ, ਕਿਸੇ ਦਾ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਜੀ, ਘਰੋਂ ਫੁੱਲ ਸਪੋਰਟ ਸੀਗੀ ਜੀ, ਘਰੋਂ ਫੁੱਲ ਸਪੋਰਟ, ਆਪਣੀ ਗਲਤੀਆਂ ਨਾ ਵੀਰੇ ਮੈਂ ਅੱਜ ਇੱਥੇ ਬੈਠਾ, ਨਹੀਂ ਤਾਂ ਮੈਂ ਇੱਦਾਂ ਮੈਨੂੰ ਲੱਗਦਾ ਕਿ ਮੈਂ ਲਾਈਫ 'ਚ ਅਚੀਵ ਕਰ ਸਕਦਾ ਸੀ, ਮੈਂ ਜਿਹੜੇ ਹਿਸਾਬ ਨਾਲ ਸਪੋਰਟ ਸੀ ਪਰਿਵਾਰ ਤੋਂ, ਹਾਂ ਮੈਂ ਆਪਣੀ ਗਲਤੀ ਕਰਕੇ ਇੱਥੇ ਬੈਠਾ ਜੀ। ਸਿੱਧੂ ਬਾਈ, ਟੂਰਨਾਮੈਂਟ ਕਿਹੜੇ ਸਿਸਟਮ ਬਣਾਉਣੇ ਚਾਹੀਦੇ ਨੇ? ਵੈਸੇ ਅੱਜ ਕੱਲ੍ਹ ਫੁੱਟਬਾਲ ਲੱਖਾਂ ਦੇ ਵਿੱਚ ਚੱਲ ਗਈ ਆ, ਫੁੱਟਬਾਲ ਬਹੁਤ ਪ੍ਰਮੋਟ ਹੋ ਗਈ ਆ, ਸਿੱਧੂ ਬਾਈ ਨੂੰ ਲੱਗਦਾ ਵੀ ਟੂਰਨਾਮੈਂਟ ਅੱਪ ਹੋਏ ਨੇ ਜਾਂ ਫੁੱਟਬਾਲ ਅੱਪ ਹੋਈ ਆ? ਫੁੱਟਬਾਲ ਅੱਪ ਹੋਈ ਆ ਜੀ ਜੀ, ਬਹੁਤ ਹੋ ਗਈ ਜੀ, ਪਹਿਲਾਂ ਤਾਂ ਇੱਕ ਤਾਂ ਅੱਜ ਕੱਲ੍ਹ ਹੁਣ ਹੋ ਗਿਆ ਬਹੁਤ, ਬਾਹਰੋਂ ਵੀ ਸਪੋਂਸਰ ਆਉਣ ਲੱਗ ਪਏ ਜੀ, ਬਿਲਕੁਲ ਟੀਮਾਂ ਨੂੰ ਹੁਣ, ਪਹਿਲਾਂ ਟੀਮਾਂ ਕੋਈ ਚੁਣ 5 ਟੀਮਾਂ 10 ਟੀਮਾਂ
ਸਿੱਧੂ ਬਾਈ ਲੱਗਦਾ ਟਰੈਕਟਰ ਵੀ ਆ ਗਏ ਨੇ ਫੁੱਟਬਾਲ ਦੇ ਵਿੱਚ ਦਿੱਤੇ ਜਾਣੇ ਨੇ 2023 ਦੇ ਵਿੱਚ ਮੋਟਰਸਾਈਕਲ ਦਿੱਤੇ ਜਾਂਦੇ ਨੇ ਕਬੱਡੀ ਦੀ ਤਰ੍ਹਾਂ ਹਾਲਤਾਂ ਨਹੀਂ ਹੋ ਜਾਊਗੀ ਕੋਈ ਨਸ਼ੇ ਦਾ ਵਗੈਰਾ ਇੱਦਾਂ ਫੁੱਟਬਾਲ ਦੇ ਵਿੱਚ ਕੀ ਐਕਸਪੀਰੀਅੰਸ ਆ ਸਿੱਧੂ ਬਾਈ ਦਾ ਦੇਖੋ ਜੀ ਨਸ਼ੇ ਦਾ ਤਾਂ ਇੱਦਾਂ ਵਾ ਇਹ ਤਾਂ ਖੁਦ ਦੇ ਉੱਪਰ ਆ ਜੀ ਹਰ ਪਲੇਅਰ ਦੇ ਹਰ ਦੇ ਪਲੇਅਰ ਦੇ ਉੱਪਰ ਆ ਜੀ ਜੇ ਤਾਂ ਮੈਂ ਫਿੱਟ ਹਾਂ ਜੀ ਜੀ ਤਾਂ ਮੈਨੂੰ ਕੁਝ ਨਸ਼ੇ ਦੀ ਲੋੜ ਹੀ ਨਹੀਂ ਜੀ ਮੈਨੂੰ ਮੈਂ ਨਸ਼ਾ ਕੀ ਕਰਨਾ ਜਦ ਮੈਂ ਫਿੱਟ ਹਾਂ ਜੇ ਮੇਰੇ ਅੰਦਰ ਜਾ ਮੇਰੀ ਮਿਹਨਤ ਲੱਗੀ ਹੈ ਮੇਰੀ ਮਿਹਨਤ ਲੱਗੀ ਜੀ ਜਿਹਨੇ ਮੇਰੇ ਮਿਹਨਤ ਘੱਟ ਲਾਉਣੀ ਆ ਜੀ ਉਹਨੇ ਮੈਂ ਮਾੜਾ ਮੋਟਾ ਕਿਤੇ ਨਾ ਕਿਤੇ ਪੰਗਾ ਲੈ ਲੈਣਾ ਜੀ ਇਹ ਤਾਂ ਆਪਣੇ ਉੱਪਰ ਹੈ ਮੈਂ ਹੁਣ ਆਪਾਂ ਜੇ ਕਹਿ ਦਈਏ ਇੱਥੇ ਡੋਪ ਕਰਾ ਲਈ ਨਾ ਉਹ ਕੁਝ ਨਹੀਂ ਹੋਣਾ ਵੀਰੇ ਜੀ ਕਿ ਆਪਣੇ ਉੱਪਰ ਹੈ ਵੀਰੇ ਜੀ ਹੁਣ ਵੀ ਸ਼ਾਇਦ ਕਰਦਾ ਕੋਈ ਮਾੜੀ ਮੋਟੀ ਕੋਈ ਫੀਮ ਖਾ ਲੈਂਦਾ ਹੋਊ ਜੀ ਖਾ ਲੈਂਦੇ ਹੋਣਗੇ ਜੀ ਵੀਰੇ ਖਾਂਦੇ ਹੋਣਗੇ ਜੀ ਪਰ ਉਹ ਜਦ ਪਤਾ ਜਿਹੜਾ ਪਲੇਅਰ ਵੀਰੇ ਆਪ ਫਿੱਟ ਹੈ ਜੀ ਉਹਨੂੰ ਲੋੜ ਨਹੀਂ ਜੀ ਸਿੱਧੂ ਜੀ ਮੈਂ ਅਕਸਰ ਗੱਲਾਂ ਸੁਣਦਾ ਰਹਿਣਾ ਵੀ ਟਰੈਕਟਰ ਫੁੱਟਬਾਲ ਦੇ ਵਿੱਚ ਸਹੀ ਨਹੀਂ ਚਲੋ ਕਮੇਟੀ ਨੇ ਰੱਖਤਾ ਐਨ ਆਰ ਆਈ ਵੀਰਾਂ ਨੇ ਏਕਾ ਕਰਕੇ ਰੱਖ ਦਿੱਤਾ ਬਹੁਤ ਵਧੀਆ ਗੱਲ ਆ ਵੀ ਟਰੈਕਟਰ ਸਹੀ ਆ ਫੁੱਟਬਾਲ ਦੇ ਵਿੱਚ ਦੇਖੋ ਤੁਸੀਂ ਗੱਲ ਕੀਤੀ ਕੌਡੀ ਦੀ ਟਰੈਕਟਰ ਚੱਲਦੇ ਕੌਡੀ ਕੌਡੀ ਵਿੱਚ ਤਾਂ ਇੱਦਾਂ ਇਕੱਲਾ ਬੰਦਾ ਟੀਮ ਜਿਤਾ ਸਕਦਾ ਜੀ ਬਿਲਕੁਲ ਮੈਂ ਹੱਥੇ ਨਹੀਂ ਆਇਆ ਜੀ ਬਿਲਕੁਲ ਜਦ ਤੁਸੀਂ ਸਟਾਈਕਰ ਖੇਲਦੇ ਮੈਂ ਡਿਫੈਂਡਰ ਖੇਲਦਾ ਜੀ ਜਦੋਂ ਤੁਹਾਨੂੰ ਮੈਂ ਪਾਸ ਹੀ ਨਹੀਂ ਕੀਤਾ ਤੁਸੀਂ ਟਰੈਕਟਰ ਕਿਵੇਂ ਜਿੱਤ ਜਾਓਗੇ ਜੀ ਬਿਲਕੁਲ ਇਕੱਲੇ ਦੀ ਗੇਮ ਤਾਂ ਹੈ ਨਹੀਂ ਜੀ ਬਿਲਕੁਲ 11 ਸਾਈਡਾਂ ਸਾਰਾ ਤਾਲਮੇਲ ਨਿਕਲਣਾ ਵੀਰੇ ਜਿਹੜਾ ਜਿਹਨੇ ਗੋਲ ਕੀਤੇ ਹੋਣਗੇ ਜੀ ਬਿਲਕੁਲ ਉਹ ਤੁਹਾਨੂੰ ਦੱਸਿਆ ਨਿਕਲਦਾ ਉਹਨਾਂ ਨੂੰ ਸਾਨੂੰ ਸਟਾਪਰਾਂ ਨੂੰ ਕੌਣ ਪੁੱਛਦਾ ਗੋਲ ਕੀਪਰ ਜਦ ਪਿੱਛੇ ਖੜਾ ਟੂਕ ਦਾ ਖਾਂਦਾ ਕਦੇ ਮੂੰਹ ਦਾ ਖਾਂਦਾ ਕਦੇ ਇੱਧਰ ਰੋਕ ਦੇ ਗੋਲ ਹੋ ਗਿਆ ਗਾਲਾਂ ਵੀ ਕੀਪਰ ਨੂੰ ਤੂੰ ਕੀ ਖੜਦਾ ਬਾਲ ਨਹੀਂ ਫੜਦਾ ਟੀਮਾਂ ਦੇ ਵਿੱਚ ਬਾਅਦ ਚੋਂ ਕਿੰਤੂ ਪ੍ਰਾਂਤ ਨਹੀਂ ਹੋਜੂ ਹੋਣੀ ਹੋਣੀ ਆ ਟੀਮਾਂ ਟੁੱਟਣ ਗਈਆਂ ਜੀ ਜੀ ਸਿੱਧੂ ਬਾਈ ਕਿਹੜੇ ਕਿਹੜੀ ਟੀਮ ਤੁਹਾਨੂੰ ਵਧੀਆ ਲੱਗਦੀ ਨੇ ਖੇਡਦੀਆਂ ਕਿਹੜੇ ਕਿਹੜੇ ਪਲੇਅਰਾਂ ਦੀ ਪਰਫਾਰਮੈਂਸ ਵਧੀਆ ਲੱਗਦੀ ਆ ਵੀਰੇ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ ਜੀ ਆਹ ਸੀਜ਼ਨ 'ਚ ਮੇਰੇ ਹਿਸਾਬ ਨਾਲ ਪਿਛਲੇ ਸੀਜ਼ਨ ਖੇਡਦੇ ਟੀਮ ਕੋਈ ਵੀ ਮਾੜੀ ਨਹੀਂ ਜੀ ਤੁਸੀਂ ਖੰਨਾ ਏਰੀਆ ਲਾ ਲਓ ਜੀ ਆਪਣਾ ਏਰੀਆ ਆਹ ਲਾ ਲਓ ਜੀ ਸਮਰਾਲਾ ਜਾਂ ਪੈਲ ਹਲਕਾ ਲਾ ਲਓ ਹਾਂ ਪੈਲ ਹਲਕਾ ਲਾ ਲਓ ਜੀ ਆਪਣਾ ਉਧਰ ਜਮਾਲਪੁਰ ਏਰੀਆ ਜਿਹੜਾ ਜੀ ਜੰਡਿਆਲੀ ਹੋ ਗਈ ਟੀਮ ਸਾਰੀਆਂ ਵੀਰੇ ਕੋਈ ਟੀਮ ਮੈਨੂੰ ਲੱਗਦਾ ਨਹੀਂ ਮਾੜੀ ਹੈ ਜੀ ਜਿਹਦਾ ਮਰਜ਼ੀ ਮੈਚ ਪਾ ਦਿਓ ਅਗਲਾ ਕੋਈ ਕਿਤੇ ਪਹਿਲਾਂ ਇੱਕ ਤਾਂ ਮੈਂ ਸੌਖਾ ਪੈ ਗਿਆ ਪਹਿਲੀ ਟੀਮਾਂ ਜਿਹੜੀਆਂ ਉੱਭਰਦੀ ਪਈਆਂ ਨੇ ਜੀ ਬਾਕੀ ਵੀਰੇ ਕੁਆਟਰ ਤੋਂ ਲੈ ਕੇ ਮੈਨੂੰ ਲੱਗਦਾ ਨਹੀਂ ਕੋਈ ਟੀਮ ਨਾਲ ਸੌਖਾ ਮੈਚ ਪੈਂਦਾ ਜਾਂ ਟੀਮ ਜਿੱਤ ਗਈ ਹੋਵੇ ਜੀ ਬਹੁਤ ਔਖਾ ਵੀਰੇ ਸਾਰੇ ਟੱਕਰ ਦੇ ਪਲੇਅਰ ਨੇ ਚੜ ਤੋਂ ਚੜਦਾ ਪਲੇਅਰ ਟੀਮਾਂ 'ਚ ਬੈਠਾ ਕੋਈ ਸਾਰੇ ਵੀਰੇ ਕਾਲਜ ਜਾਣ ਲੈਂਦੇ ਚਾਰ ਚਾਰ ਪੰਜ ਪੰਜ ਅਕੈਡਮੀ ਵਾਲੇ ਸਾਰੇ ਟੀਮਾਂ 'ਚ ਹੈਗੇ ਨੇ ਸਭ ਨੂੰ ਖੇਲਣਾ ਆਉਂਦਾ ਵੀਰੇ ਸਭ ਵਧੀਆ ਟੀਮਾਂ ਨੇ ਸਿੱਧੂ ਬਾਈ ਕੋਈ ਯਾਦਗਾਰੀ ਮੈਚ ਹੈਗਾ ਤੁਹਾਡਾ ਆਲ ਓਪਨ ਦਾ ਆਲ ਓਪਨ ਵੀਰੇ ਪਹਿਲੇ ਮੈਂ ਦੋ ਤਿੰਨ ਅਮਰਵੰਤ ਬਾਈ ਨਾਲ ਲਾਇਆ ਨੇ ਇੱਕ ਤਾਂ ਪੱਲੇ ਜਿੱਤੇ ਸੀ ਟੂਰਨਾਮੈਂਟ ਜੀ ਜਿਹੜੇ ਪੰਗੇ ਨੇ ਟੀਮ ਬਣਾਈ ਸੀ ਹਲਵਾਰੇ ਵਾਲੀ ਜੀ ਸੀ ਉਹ ਜਿੱਤੇ ਟੂਰਨਾਮੈਂਟ ਜੀ ਉਹ ਬਸ ਇਦਾਂ ਹੀ ਉਹ ਮੈਚਾਂ 'ਚ ਤੁਹਾਡੀ ਪਰਫਾਰਮੈਂਸ ਮੈਂ ਦੇਖਿਆ ਸੀ ਬਹੁਤ ਵਧੀਆ ਸੀ ਉਹ ਤੁਹਾਨੂੰ ਮੈਂ ਦੇਖੋ ਮੈਨੂੰ ਹੁਣ ਤਿੰਦੀ ਆਪਣਾ ਕੁਗੜੀ ਵਾਲਾ ਜੀ ਬਾਹਰ ਚਲੇ ਗਿਆ ਸਟੋਰੀ ਮੈਨੂੰ ਯਾਦ ਆ ਗਈ ਜੀ ਮੈਨੂੰ ਵੀਰੇ ਮੈਂ ਕਦੇ ਪੰਜਾਬ ਖੇਡੇ ਮੈਨੂੰ ਕਹਿੰਦਾ ਇੱਦਾਂ ਕਰੀ ਟੂਰਨਾਮੈਂਟ ਖੇਲ ਮੈਚ ਖੇਲ ਕੇ ਆਉਣਾ ਪੱਲੇ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਕਹਿੰਦਾ ਆਪਣਾ ਸਵੇਰੇ ਮੈਚ ਹੈ 10 ਵਜੇ 11 ਵਜੇ ਮੈਚ ਹੈ ਜੀ ਅਮਰਵੰਤ ਮੈਨੂੰ ਸਵੇਰੇ 7 ਵਜੇ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਿਹਾ ਮੈਂ ਉੱਥੇ ਮੇਰੇ ਨਾਨੀ ਰਹਿੰਦੇ ਨੇ ਸਾਡੇ ਰਿਸ਼ਤੇ ਮੈਂ ਉਹਨਾਂ ਦੇ ਘਰੇ ਮੈਂ ਘਰੇ ਹੀ ਹਾਂ ਜੀ ਕਹਿੰਦਾ ਬਾਹਰ ਆ ਕਿਟ ਚੱਕ ਕੇ ਮੈਂ ਆ ਗਿਆ ਜੀ ਮੈਂ ਉੱਥੇ ਮੈਂ ਕਿਹਾ ਜੀ ਮੈਚ ਜਿੱਤ ਗਏ ਜੀ ਤੇ ਕਿਸੇ ਨੇ ਫੋਨ ਕੀਤਾ ਉਹਨੇ ਟੀਮ ਬਣਾਈ ਹੈ ਤਿੰਦੀ ਨੂੰ ਕਿ ਤੇਰਾ ਸਿੱਧੂ ਤਾਂ ਆਹ ਖੇਲਦਾ ਫਿਰਦਾ ਜੀ ਉਹਨੇ ਮੈਨੂੰ ਫੋਨ ਕਿਹਾ ਤੂੰ ਕਿੱਥੇ ਮੈਂ ਕਹਿੰਦਾ ਜੀ ਮੈਚ ਖੇਲ ਕੇ ਨਿਕਲਿਆ ਜੀ ਕਹਿੰਦਾ ਉੱਥੇ ਤਾਂ ਆਪਾਂ ਖੇਲਣਾ ਸੀ ਜੀ ਮਤਲਬ ਮੈਨੂੰ ਇੰਨਾ ਪਤਾ ਨਹੀਂ ਹੁੰਦਾ ਸੀ ਉਹ ਦੇਖੋ ਟੀਮ 'ਚ ਮੈਂ ਖੇਡਿਆ ਮੁੜ ਕੇ ਜਿੱਤ ਗਏ ਜੀ ਫਸਟ ਆ ਗਏ ਫਸਟ ਆ ਗਏ ਸੀ ਜੇ ਟੀਮ ਮੈਨੂੰ ਫੋਨ ਕੀਤਾ ਸੀ ਉਹ ਟੀਮ ਪਹਿਲਾਂ ਮੈਂ ਤਿਆਰ ਅਮਰਵੰਤ ਦੇ ਭੰਗੇ ਹਲਵਾਰੇ ਵਾਲੇ ਨੇ ਹਾਂਜੀ ਉਹਨਾਂ ਨੇ ਕੀਤੀ ਸੀ ਮੈਨੂੰ ਤਾਂ ਅਮਰਵੰਤ ਲੈ ਤੁਹਾਡੇ ਯਾਦਗਰੀ ਮੈਚ ਨੇ ਮੈਨੂੰ ਤਾਂ ਅਮਰਵੰਤ ਲੈ ਸਿੱਧੂ ਹੀ ਹੋਰ ਕਿਹੜੇ ਕਿਹੜੇ ਯਾਦਗਰੀ ਮੈਚ ਨੇ ਪਿੰਡ ਵਾਰ ਦੇ ਵਿੱਚ ਪਿੰਡ ਲਈ ਕੋਈ ਗੱਲ ਦੇ ਲਈ ਕੁਲੀਆਲ ਲਈ ਵੀਰੇ ਬਹੁਤ ਮੈਚ ਨੇ ਸਾਰੇ ਮੇਰੇ ਲਈ ਸਾਰੇ ਯਾਦਗਾਰੀ ਨੇ ਕਿਉਂਕਿ ਮੈਂ ਹਰ ਮੈਚ ਮੈਂ ਲਾਉਂਦਾ ਕਿ ਜ਼ੋਰ ਮਾਰ ਕੇ ਖੇਲਣਾ ਜੀ ਜੇ ਮੈਂ ਘਰੋਂ ਜਾਂਦਾ ਵੀਰੇ ਮੈਂ ਇੱਦਾਂ ਉੱਠ ਕੇ ਨਹੀਂ ਚੱਲ ਮੈਚ ਖੇਲਿਆ ਇੱਦਾਂ ਨਹੀਂ ਜੀ ਜੇ ਵੀਰੇ ਗਏ ਆ ਜੇ ਟਾਈਮ ਕੱਢ ਕੇ ਗਏ ਆ ਗਰਮੀ ਕਿੰਨੀ ਆ ਧੁੱਪ ਆ ਘਰੋਂ ਜਾਣਾ ਤੇ ਵੀਰੇ ਖੇਲ ਕੇ ਜਾਣਾ ਜੀ ਸਾਰੇ ਮੈਚ ਇੱਦਾਂ ਨਹੀਂ ਕੋਈ ਹੈ ਕਿ ਆਉਂ ਵਿਆ ਹਰ ਕੇ ਆ ਗਏ ਇੱਦਾਂ ਉਹ ਸੋਚ ਕੇ ਕਦੀ ਜੀ ਐ ਹੁੰਦਾ ਕਿ ਜਿੱਤ ਕੇ ਆਉਣਾ ਜੀ ਸਿੱਧੂ ਬਾਈ ਕੰਨ ਵੀ ਬਣਾਏ ਹੋਏ ਲੱਗਦੇ ਅਮਰਿੰਦਰ ਦੇ ਪਸੰਦ ਤੁਹਾਡੇ ਵੀ ਪਲੇਅਰ ਹੀ ਚੀਜ਼ਾਂ ਥੋੜਾ ਦੂਰ ਨਹੀਂ ਜਾਂਦੇ ਵੀਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸਿਆ ਥੋੜਾ ਲਾਈਨ ਤੋਂ ਉੱਤਰ ਗਿਆ ਸੀ ਫੁੱਟਬਾਲ ਤੋਂ ਛੱਡ ਗਿਆ ਸੀ ਗੱਡੀ ਪਰੜੀ ਤੇ ਉੱਤਰ ਗਈ ਸੀ ਜੀ ਥੋੜਾ ਜਿਹਾ ਤੁਹਾਨੂੰ ਦੱਸਿਆ ਵੀ ਇਨਸਾਨ ਕਰਕੇ ਜੀ ਫਿਰ ਮੈਂ ਕਿਹਾ ਖੇਲਣਾ ਜੀ ਫਿਰ ਮੈਂ ਇਹ ਬਾਲੀ ਮੇਰੇ ਭਰਾ ਦੀ ਅਸਲ 'ਚ ਜੀ ਭਰਾ ਨੇ ਬਣਾਈਆਂ ਸੀ ਮੈਂ ਉਦਾਂ ਹੀ ਮੈਂ ਪਾਲਣ ਨੂੰ ਮੈਂ ਕਿਹਾ ਦਹੀਂ ਪਾਣ ਨੂੰ ਫਿਰ ਮੈਂ ਤਾਂ ਕਦੀ ਵੀਰੇ ਧਾਗਾ ਵੀ ਨਹੀਂ ਕੁਛ ਵੀ ਨਹੀਂ ਹੈਗਾ ਕੜਾ ਕੜੀ ਕੁਛ ਵੀ ਨਹੀਂ ਪਾਇਆ ਜੀ ਸਿੱਧੂ ਬਾਈ ਅੱਜ ਵੀ ਪੂਰੇ ਫਿੱਟ ਹੋ ਜਿਮ ਜਾਂਦੇ ਹੋ ਜਿਮ ਹਾਂਜੀ ਥੋੜਾ ਹੁਣ ਕੀਤਾ ਤਾਂ ਹੁਣ ਜੀ ਇਹ ਫਿਰ ਆਉਣ ਵਾਲੇ ਟੂਰਨਾਮੈਂਟ ਲਈ ਤਿਆਰੀ ਕਰਦੇ ਆ ਸੀਜ਼ਨ ਮੈਂ ਆ ਸੀਜ਼ਨ ਲਈ ਨਹੀਂ ਆ ਸੀਜ਼ਨ ਜੇ ਹੁਣ ਫਿੱਟ ਹੋ ਰਿਹਾ ਸੀਜ਼ਨ ਲਾਉਂਗਾ ਜੀ ਹੁਣ ਮੈਂ ਜੀ ਕਿਉਂਕਿ ਹੁਣ ਮੈਂ ਥੋੜਾ ਜਿਹਾ ਪਹਿਲਾਂ ਪਿਛਲੇ ਸੀਜ਼ਨ ਵੀ ਥੋੜਾ ਜਿਹਾ ਜੀ ਜਿਹੜੀ ਲਾਈਨ ਮੈਂ
ਦੋਨੇ ਜੀ ਇਕੱਠੇ ਯੂਨੀਵਰਸਿਟੀ ਖੇਲਣ ਵੀ ਗਏ ਆ ਜੀ। ਨੈਸ਼ਨਲ ਖੇਲ ਕੇ ਅੰਡੇਮਾਨ ਮੈਂ ਨੈਸ਼ਨਲ ਖੇਲਣ ਗਿਆ ਸੀ ਅੰਡਰ 19 ਦੀ, ਉਦੋਂ ਮੇਰੇ ਨਾਲ ਸ਼ੇਖਰ ਸੀਗਾ ਜੀ। ਇੱਥੇ ਵੀ ਜਦੋਂ ਯੂਨੀਵਰਸਿਟੀ ਖੇਲ ਕੇ ਉਹਦੇ ਨਾਲ ਸ਼ੇਖਰ ਸੀਗਾ ਜੀ। ਮਤਲਬ ਸ਼ੇਖਰ ਨਾਲ ਹੀ ਰਿਹਾ ਸਾਨੂੰ ਤਾਂ ਸ਼ੇਖਰ ਤੇ ਸਿੱਧੂ ਸੀ ਕਹਿੰਦੇ ਪੱਕੀ ਏਦਾਂ ਹੀ ਸਾਡੀ, ਕੋਈ ਇੱਕੋ ਜਿਹੇ ਦੇਖਣ ਨੂੰ ਵੀ ਇੱਕੋ ਜਿਹੇ ਲੰਬੇ ਲੰਬੇ ਵੱਧ ਪਿਆ। ਹਾਂ ਸਾਡੇ ਮੇਰੇ ਘਰੇ ਆਉਣੀ ਜਾਣੀ, ਸਾਡੇ ਤਾਂ ਮਹੀਨਾ ਮੈਂ ਦੋ ਦੋ ਮਹੀਨਾ ਘਰੇ ਰਹਿ ਕੇ ਜਾਂਦਾ ਵਾ ਜੀ, ਉਹ ਫੈਮਿਲੀ ਰਿਲੇਸ਼ਨ ਨੇ। ਹਾਂ ਜੀ ਸ਼ੇਖਰ ਦੀ ਗੱਲ ਜਾਂ ਫਿਰ ਪੋਹੜੀ ਵਾਲੇ ਅਮਰਵੰਤ ਦੀ, ਅਮਰਵੰਤ ਨਾਲ ਬਾਈ ਨਾਲ ਵੀ ਬਹੁਤ ਪਿਆਰ। ਸਿੱਧੂ ਬਾਈ ਕਈ ਪ੍ਰੇਅਰ ਪ੍ਰੈਕਟਿਸ ਨਹੀਂ ਕਰਦੇ ਕਿ ਸਿੱਧਾ ਮੈਚ ਆਉਂਦੇ ਨੇ, ਉਹ ਫਿਰ ਦੇਖਦਾ ਵੀ ਮੈਚਾਂ ਜੀ ਜੀ ਕਿੰਨੀ ਕੁ ਮਿਹਨਤ ਜ਼ਰੂਰੀ ਹੈ ਯਾਰ। 90 ਮਿੰਟ ਵੀਰੇ ਖੇਲਣਾ ਕਿਤੇ ਸੌਖਾ ਜੀ, ਬਹੁਤ ਔਖਾ ਵੀਰੇ ਫੁੱਟਬਾਲ 'ਚ ਕਿਹੜਾ ਜੀ, ਖੜ ਕੇ ਖੇਲਣਾ ਮੈਂ ਤਾਂ ਭੱਜਣਾ ਪੈਣਾ ਜੀ 45 ਮਿੰਟ ਆਮ ਵੀ 45 ਹੋਣ ਲੱਗ ਪਈ ਵੀਰੇ, ਭੱਜਣਾ ਪੈਂਦਾ ਉਹ ਤਾਂ ਇੱਦਾਂ ਹੋ ਗਿਆ ਜੀ। ਪਹਿਲਾਂ 10 ਮਿੰਟ ਵੀਰੇ ਪਤਾ ਲਾ ਜਾਂਦਾ ਵਾ ਜੀ ਕਿ ਬਈ ਲੋੜ ਆ ਜੀ, ਆਪੇ ਬੰਦਾ ਕਹਿੰਦਾ ਗਰਾਊਂਡ ਜਾਣਾ ਹੀ ਪੈਣਾ ਜੇ ਆਪਾਂ ਕਹਿੰਦੇ ਉੱਠ ਕੇ ਮੈਂ ਹੁਣ ਕਹਿ ਦਊਂ ਮੈਂ ਉੱਠ ਕੇ ਚੱਲ ਜਾਵਾਂ ਖੇਲਣ, ਮੈਂ ਮੈਚ ਖੇਲ ਮੰਨਾ 10 ਮਿੰਟ ਵੀਰੇ, ਮੈਂ ਆਪੇ ਕਹਿ ਦੂੰਗਾ ਪਾਣੀ ਮੰਗਾ ਲੱਭਣਾ ਜੀ, ਮਿਹਨਤ ਲਾਉਣੀ ਪੈਣੀ ਲਾਉਣੀ ਪੈਣੀ ਵੀਰੇ ਜੇ ਖੇਲਣਾ ਜੀ। ਤੁਸੀਂ ਹੁਣ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਵੀਰੇ? ਮਾਛਗੜ ਸਾਹਿਬ ਜਾਂਦੇ ਹੁਣ ਵੀਰੇ? ਮੈਨੂੰ ਇੱਥੋਂ ਇੱਕ ਤਾਂ ਮੇਰੇ ਆਲੇ ਦੁਆਲੇ ਫੁੱਟਬਾਲ ਕੋਈ ਹੈ ਨਹੀਂ ਇੰਨਾ ਜੀ, ਮੈਨੂੰ ਦੂਰ ਜਾਣਾ ਪੈਂਦਾ ਜੀ, ਇਕੱਲਾ ਮੈਂ ਹੈਗਾ, ਮੈਨੂੰ ਥੋੜ੍ਹਾ ਆਪਣੇ ਨੂੰ ਮੋਟੀਵੇਟ ਕਰਨਾ ਕਦੇ ਔਖਾ ਲੱਗਦਾ ਜੀ, ਚਲੇ ਜਾਂਦਾ ਜੀ ਕਿਉਂਕਿ ਹੁਣ ਸੀਜ਼ਨ ਵੀਰੇ ਸ਼ੁਰੂ ਥੋੜ੍ਹਾ, ਹਾਲੇ ਮੈਂ ਬਹੁਤ ਲੇਟ ਚੱਲ ਰਿਹਾ ਸਭ ਜਗ੍ਹਾ, ਟੀਮਾਂ ਫੁੱਲ ਹੋ ਗਈਆਂ, ਮੈਂ ਕਿਤੇ ਲੀਗ ਵਾਸਤੇ ਨਹੀਂ ਜਾ ਪਾਇਆ, ਮੈਂ ਟਰਾਈ ਕਰ ਰਿਹਾ ਸੀ ਫੋਨ ਦੱਸਿਆ ਜਿਵੇਂ ਬੜਿਆਂ ਨੂੰ ਕੀਤੇ, ਪਰ ਵੀਰੇ ਕੋਈ ਨਹੀਂ ਕਰਦਾ ਅੱਜ ਕੱਲ੍ਹ ਕਿਸੇ ਦਾ ਜੀ। ਮੈਂ ਤੁਹਾਡੇ ਮੱਧਰੇ ਕਹਿਣਾ ਚਾਹੁੰਦਾ ਕਿ ਜੀ ਟੀਮ ਆਪ ਵੀਰੇ ਜ਼ੋਰ ਮਾਰੋ ਜੀ, ਆਪ ਕਰੋ ਆਪਣੇ ਪੈਰਾਂ 'ਤੇ ਖੜੇ ਹੋਵੋ, ਆਪਣੇ ਪੈਰਾਂ 'ਤੇ ਆਪ ਖੜੇ ਹੋਵੋ, ਕਿਉਂਕਿ ਮੈਨੂੰ ਕਿਸੇ ਨੇ ਵੀਰੇ ਉਹ ਨਹੀਂ ਕਿਹਾ ਜੀ ਕਿ ਮੈਨੂੰ ਕਿਸੇ ਨੇ ਕੋਈ ਕਹਿ ਦੇਵੇ ਕਿ ਸਿੱਧੂ ਨੂੰ ਮੈਂ ਕਿਤੇ ਕਰਾਤਾ ਜਾਂ ਮੈਂ ਕਹਿਦਾ ਜੀ। ਮੇਰੇ ਫਾਦਰ ਸਾਹਿਬ ਮੇਰੀ ਸਪੋਰਟ ਕਰਦੇ ਸੀ ਜੀ, ਮੰਮੀ ਦਾ ਪਿਆਰ ਸੀਗਾ ਜੀ ਘਰੋਂ ਸੀ, ਕਿਉਂਕਿ ਪਹਿਲੇ ਵੀਰੇ ਸਾਡਾ ਜਿਹੜਾ ਬੈਕਗਰਾਊਂਡ ਸੀਗਾ ਫੁੱਟਬਾਲ ਦਾ ਸੀਗਾ ਨਹੀਂ ਜੀ, ਕੋਈ ਕਿਸੇ ਸਪੋਰਟ ਦਾ ਨਹੀਂ ਸੀਗਾ ਜੀ, ਮੈਂ ਆਪ ਅਕੈਡਮੀ ਗਿਆ ਜੀ, ਮੈਂ ਆਪ ਬੰਬੇ ਗਿਆ ਉੱਥੇ ਹੋਇਆ ਜੀ, ਉਦੋਂ ਬਾਅਦ ਮੈਂ ਆਪ ਮਾੜੀ ਮੋਟੀ ਮਿਹਨਤ ਕੀਤੀ, ਜੇ ਮੈਨੂੰ ਚੱਲ ਇੱਕ ਦਿਨ ਨੌਕਰੀ ਦੀ ਮਾੜੀ ਮੋਟੀ ਸੀਗੀ ਨੇਵੀ ਵਾਲੇ ਕਹਿੰਦੇ ਸੀ ਚੱਲ, ਉਹ ਮੈਂ ਆਪ ਆਪਣੇ ਪੈਰ 'ਤੇ ਖਿਲਾੜੀ ਮਾਰੀ ਆਪ ਜੀ, ਜੇ ਅੱਜ ਵੀ ਖੜਾ ਇੱਥੇ ਆਪ ਖੜਾ ਵੀਰੇ। ਸਿੱਧੂ ਬਾਈ ਤੁਸੀਂ ਦੱਸਿਆ ਵੀ ਮੈਂ 13-14 ਕਿਲੋਮੀਟਰ ਮਾਛਗੜ ਸਾਹਿਬ ਖੇਲਣ ਜਾਂਦਾ, ਜਦ ਕਿਤੇ ਜਾਂਦੇ ਹੋ ਇਕੱਲਾ ਬੰਦੇ ਦੇ ਮਨ ਦੇ ਵਿੱਚ ਆਉਂਦੇ ਯਾਰ ਅੱਜ ਜ਼ਿੰਦਗੀ ਕਿੱਥੇ ਆ ਗਈ ਮੇਰੀ, ਕਿੱਥੇ ਮੈਂ ਏਅਰ ਇੰਡੀਆ ਕਲੱਬ CISF ਦੀ ਦਿੱਲੀ ਦੀ ਗੱਲ ਹੁੰਦੀ ਆ ਜਾਂ ਹੋਰ ਤੁਸੀਂ ਗੱਲ ਕਰੀਏ ਬੰਬੇ ਦੀ ਗੱਲ ਕਰੀ ਆ, ਹੱਥ ਲਾ ਕੇ ਮੁੜਿਓ ਜੇ ਹਰ ਪਲੇਅਰ ਦਾ ਇੱਕ ਸੁਪਨਾ ਉਹ ਤੱਕ ਪਹੁੰਚਣਾ, ਅਤੇ ਤੁਸੀਂ ਅੱਜ ਉਹ ਚੀਜ਼ ਖੋ ਚੁੱਕੇ ਹੋ। ਮੈਂ ਵੀਰੇ ਦੱਸਾਂ ਅੱਜ ਮੈਂ ਜੇ ਖੜਾ ਮੈਂ ਆਪਣੀ ਗਿਆ ਵੀ ਆਪਣੀ ਆਪਣੇ ਪਰ ਕਰਕੇ ਸੀਗਾ ਜੀ, ਅੱਜ ਇੱਥੇ ਖੜਾ ਉਹ ਵੀ ਆਪਣੇ ਕਰਕੇ, ਉਸ ਕਰਕੇ ਥੋੜ੍ਹਾ ਜਿਹਾ ਮੈਂ ਜੇ ਇੱਕ ਇਨਸਾਨ ਮੈਂ ਜਿਹੜੇ ਅੱਜ ਕੱਲ੍ਹ ਮੈਂ ਦੇਖਦਾ ਵਾਂ ਜੀ, ਉਸ ਟਾਈਮ ਵੀਰੇ ਫੋਨ ਚੱਲ, ਮੇਰੇ ਟਾਈਮ ਵੀ ਫੋਨ ਸੀਗੇ ਪਰ ਘੱਟ ਸੀ ਜੀ, ਮੈਂ ਉਹਨੂੰ ਅੱਜ ਕੱਲ੍ਹ ਦੇਖਦਾ ਵੀਰੇ ਥੋੜ੍ਹੀ ਜਿਹਾ ਜਿਹੜੇ ਕੁੜੀਆਂ ਪਿੱਛੇ ਗੇੜੀਆਂ ਗੂੜੀਆਂ ਥੋੜ੍ਹੀ ਜ਼ਿਆਦਾ ਹੋ ਗਈਆਂ, ਮੁੰਡੇ ਅੱਜ ਕੱਲ੍ਹ ਇੰਜੋਇਮੈਂਟ ਜਵਾਕ ਵੀ ਮੇਰੇ ਛੋਟੇ, ਪਹਿਲਾਂ ਜਦੋਂ ਮੈਂ ਤਾਂ ਚਲੋ ਲੇਟ ਕੀਤਾ ਸ਼ੁਰੂ ਕਿਸੇ ਇਨਸਾਨ ਕਿ ਮੇਰੀ ਘਟਨਾ ਇੱਦਾਂ ਦੀ ਹੋ ਗਈ, ਚਲ ਮੈਂ ਨਹੀਂ ਉੱਭਰ ਪਾਇਆ ਤਾਂ ਮੈਂ ਚਲੋ ਥੋੜ੍ਹਾ ਲੱਭ ਪਿਆ ਗਲਤ ਹੋ ਗਿਆ ਜੀ, ਪਰ ਅੱਜ ਕੱਲ੍ਹ ਵੀਰੇ ਇੰਜੋਇਮੈਂਟ ਦਿਖਾਵਾ ਸ਼ੋਸ਼ੇਬਾਜ਼ੀ ਹੋਣ ਜੀ ਜ਼ਿਆਦਾ, ਹਾਂ ਦਿਖਾਉਣ ਲੱਗ ਪਏ ਲੋਕੀ ਕਿ ਹਾਂ ਜਵਾਕ ਵੀ ਹੈ ਨਾ ਖੇਲਦੇ ਘਟਨੇ ਥੋੜ੍ਹੇ ਜ਼ਿਆਦਾ ਹੋਣ ਲੱਗ ਪਏ ਜੀ, ਇਹ ਥੋੜ੍ਹਾ ਮੈਂ ਤਾਂ ਵੀਰੇ ਹੋ ਗਿਆ ਜੀ ਮੇਰਾ ਤਾਂ, ਪਰ ਮੈਂ ਚਾਹੁੰਦਾ ਕਿ ਹੋਰ ਨਾ ਹੋਵੇ ਜੀ, ਜੇ ਮੇਰੇ ਘਰੇ ਜੇ ਇੱਕ ਅੱਧਾ ਕੋਈ ਸੁਣ ਕੇ ਬਚਦਾ ਵਾ ਜਾਂ ਥੋੜ੍ਹਾ ਜੇ ਗਰਾਊਂਡ ਜਾਂਦਾ ਤਾਂ ਗਰਾਊਂਡ ਜਾਵੇ ਫਿਰ ਸਮੇਂ ਨਾ ਸੰਭਲੋ, ਹਾਂ ਥੋੜ੍ਹਾ ਜਿਹਾ ਹੋ ਜਾਵੇ ਜੀ, ਮੁੜ ਕੇ ਵੀਰੇ ਪਛਤਾਵਾ ਰਹਿੰਦਾ, ਮੈਂ ਖੜਾਂ ਐਗਜ਼ਾਮਪਲ ਜੀ, ਕੁਛ ਨਹੀਂ ਵੀਰੇ ਹੁਣ ਬਸ ਖੜਾ ਹੀ ਆ ਹੋਰ ਕੁਛ ਨਹੀਂ ਜੀ, ਇੱਦਾਂ ਹੁੰਦਾ ਕਿ ਰੋਣਾ ਹੁੰਦਾ ਵੀਰੇ ਕਿੱਥੇ। ਸਿੱਧੂ ਬਾਈ ਜਿਹੜੇ ਜੂਨੀਅਰ ਪਲੇਅਰ ਸਪੈਕਟ ਕਰਨੀ ਭੁੱਲ ਗਏ ਨੇ ਸੀਨੀਅਰ ਕਿਤਨਾ ਕਿਤੇ, ਹਾਂਜੀ ਹਾਂਜੀ ਸਾਰੇ ਨਹੀਂ ਕਿਤਨਾ ਕਿਤੇ, ਵੀ ਉਹਦੇ ਵਿੱਚ ਫਿਰ ਕੀ ਕਹਿਣਾ ਚਾਹੁੰਦਾ? ਉਹ ਤਾਂ ਮੈਂ ਤੁਹਾਨੂੰ ਦੱਸਦਾ ਦੇਖੋ, ਜੇ ਹੁਣ ਮੈਂ ਜੇ ਸੀਨੀਅਰ ਹਾਂ ਜੀ, ਜੇ ਮੈਂ ਟੀਮ 'ਚ ਖੇਲਦਾ ਹਾਂ ਜੀ, ਅਤੇ ਜੇ ਮੈਂ ਗੁੱਸੇ 'ਚ ਬੋਲਦਾ ਨਾ ਤਾਂ ਮੈਂ ਉਹਦੇ ਫਾਇਦੇ ਲਈ ਬੋਲਦਾ ਜੀ, ਇਹ ਕੁਛ ਅੱਗੇ ਬਣ ਜਾਵੇ ਹਾਂ, ਕਿ ਜੇ ਤੂੰ ਯਾਰ ਤੂੰ ਰੋਂਗ ਪਾਸ ਕਰਦਾ ਜਾਂ ਤੇਰੇ ਕੋਲ ਮੈਨੂੰ ਬਾਸ ਮੈਨੂੰ ਕਰਦਾ ਇਹਦੇ ਨਾਲ ਮੈਂ ਵਧੀਆ ਹੋ ਸਕਦਾ, ਉਹ ਚੀਜ਼ ਕਰ ਜੀ, ਉਹ 'ਚ ਮੇਰਾ ਕੋਈ ਫਾਇਦਾ ਨਹੀਂ ਹੈਗਾ, ਉਹ 'ਚ ਮੈਂ ਉਹ ਤੋਂ ਲੈ ਕੇ ਨਹੀਂ ਜਾਣਾ, ਜੇ ਪਲੇਅਰ ਨੂੰ ਕਿਸੇ ਨੂੰ ਕਹਿ ਦਿਓ ਜੀ ਵੀਰੇ ਗਾਲ ਨਹੀਂ, ਹਰ ਕੋਈ ਟੀਮੇ ਗਾਲ ਕੱਢਦੇ ਤੂੰ ਇੱਦਾਂ ਕਰਦਾ ਨਾ ਤੂੰ ਗਾਲ ਕੱਢਦਾ, ਉਹ ਦੂਜਾ ਅੱਗੇ ਟੁੱਟ ਕੇ ਪੈਂਦਾ ਤੂੰ ਉਹਨੂੰ ਗਾਲ ਕਿਵੇਂ ਕੱਢੀ ਜੀ, ਨਾਲੇ ਇਕੱਠੇ ਖੇਲਦੇ ਆ ਜੀ, ਉਹ ਥੋੜ੍ਹਾ ਪਲੇਅਰ ਹੋ ਗਿਆ ਵੀਰੇ ਅੱਜ ਕੱਲ੍ਹ ਨਾ ਕੋਈ ਸੁਣ ਕੇ ਰਾਜੀ ਨਹੀਂ ਹੈਗਾ ਜੀ, ਸਹਿਣਸ਼ੀਲਤਾ ਘੱਟ ਗਈ, ਨਹੀਂ ਬਿਲਕੁਲ ਹੈ ਹੀ ਨਹੀਂ, ਮੈਂ ਕਹਿੰਦਾ ਕਦੇ ਹੈ ਹੀ ਨਹੀਂ ਜੀ, ਜਿਹੜਾ ਵੀਰੇ ਬਾਹਰ ਕਿਤੇ ਖੇਡਿਆ ਹੋਇਆ ਜੀ, ਜਿਹਨੂੰ ਪਤਾ ਵਾ ਉਹ ਤਾਂ ਬੰਦਾ ਪਤਾ ਕਿ ਹਾਂ ਜੀ, ਜਿਹੜੇ ਆਮ ਨੇ ਹੁਣ ਤਾਂ ਵੀਰੇ ਨਹੀਂ ਜੀ, ਅੱਜ ਕੱਲ੍ਹ ਜ਼ਿਆਦਾ ਹੋਣ ਲੱਗ ਪਏ ਕਿ ਨਹੀਂ ਮੈਨੂੰ ਕਿਵੇਂ ਬੋਲਿਆ ਤੂੰ ਜੀ, ਹੱਥੋਂ ਸਿੱਧੂ ਬਾਈ ਕੋਚਾਂ ਨਾਲ ਵੀ ਤੁਹਾਡੀ ਜਾਣ ਪਛਾਣ ਆ, ਵੱਡੇ ਵੱਡੇ ਪਲੇਅਰਾਂ ਨਾਲ ਜਾਣ ਪਛਾਣ, ਆਪਣੇ ਕੁਲੀ ਵਾਲੇ ਪਿੰਡ ਤੋਂ ਕੋਈ ਪਲੇਅਰ ਨਹੀਂ ਅਕੈਡਮੀ ਕੁੜੀ 'ਚ ਭੇਜੇ ਵੀ ਮੇਰੇ ਪਲੇਅਰ ਆ ਰਹੇ ਨੇ ਪਿੰਡ ਤੋਂ ਜੀ ਰੱਖੋ? ਮੈਂ ਵੀਰੇ 2-3 ਪਲੇਅਰ ਭੇਜੇ ਨੇ ਜੀ, ਕਿਹੜੀ ਅਕੈਡਮੀ ਦੇ? ਮਾਲਪੁਰ ਅਕੈਡਮੀ 'ਚ ਭੇਜਿਆ ਸੀ ਜੀ, ਪਿੱਛੇ ਜੇ ਭੇਜਿਆ ਸੀਗਾ ਜੀ, ਅਤੇ ਮੈਨੂੰ ਵਧੀਆ ਲੱਗਿਆ ਖੇਲਦਾ ਜੂਨੀਅਰ
जे तुम लगता कि फुटबॉल कुछ नहीं है जी, तो एक बार एक मन लग गया, एक दो साल ला के देखो जी, बहुत कुछ है, बहुत पैसा भी जी फुटबॉल च, बहुत पैसा एवं लगता ही है फुटबॉल च, पैसा है नहीं, बहुत पैसा जी, मेहनत करो, मेहनत करो जी, मेहनत का फल आप मिलना वा जी, कि अगे हाथ कड़न की लड़ नहीं जी, कोई नहीं करता है, माड़ा किसी कह दो कि दस दो माड़ा जा, कहो माड़ा सब इज्जत करो, सब दसो कि आप मैं दस दे तेरे ट्रायल ने कुछ होर ने, सब करो खबर की पता स्टार जो मैं गया जी, बिल्कुल मैं तुक्का ही बजा जी मेरा भी, मैं अपनी गलती ना वापस इतने आ गया, तुक्का भी कितने बस सदा जाओ, मेहनत मेहनत पहले जाओ जी, जब इतने बैठे मैं करी यार मेरा कुछ नहीं बन सकता, जब मैं जाऊंगा फिर तब पता लगना, अपने प्लेयर भी पंजाब वाले प्लेयर ने एक गल मैं देखी है जी, घर छड़ के खुश नहीं है जी, हूँ छड़ दे घर, पंजाब वाले पंजाब के खुश ने जी, ना कहते नहीं छड़ ना जी, नहीं छड़ते, सीधे भाई सैवन सैट टूरनामेंट होंगे ने जिन्हों को इलेवन के बड़े ग्राउंड ने, इलेवन दीमों ने सैवन सैट टूरनामेंट कराने की चाहत रखते हैं, किन्ना सही माना सीधु भाई चीज़ ने भी सैवन सैट इदा हो जाता, टीम टुटती है मतलब सैवन सैट कराओ जिन्हें ग्राउंड है नहीं जी, जिन्हों को ग्राउंड तो कराने चाहिए, हाँ कराने चाहिए, जिन्हों को बड़े ग्राउंड ने अपने इलेवन के टीम आ खुद उन्होंने अपनी भी उन्होंने कराना चाहिए, पता कि भी देखो जेड़े तो हम सत प्लेयर सत्त चंगे होंगे टीम जी, पूरे टॉप टॉप के होंगे जी, जो बाकी चार ने कहते सू सत्त सैवन सैट सू याद नहीं करते जी, इलेवन फोन करते फिर जी, आज 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 जी सैवन सैट फिर होनी चाहिए है, वधिया फास्ट गेम है, बहुत वधिया फर्क फर्क जो है गेम नहीं, हाँ एंटरटेनमेंट ਵਧੀਆ ਗੇਮ ਹੋਣੀ ਚਾਹੀਦੀ ਹੈ ਸੈਵਨ ਸਾਈਡ, ਬਹੁਤ ਵਧੀਆ ਗੱਲ ਹੈ ਜੀ, ਪਰ ਜਦ ਤੁਸੀਂ ਜਦੋਂ ਆਲ ਉੱਪਰ ਰੱਖ ਲਓ ਟੀਮਾਂ ਜੀ, ਵਧੀਆ ਬਣਾ ਲਓ ਪਿੰਡਾਂ ਵਾਸਤੇ ਰੱਖੋ, ਜਦ ਇੱਕ ਪਿੰਡ ਕੋਲ ਸ਼ਕਤੀ ਹੈ ਦੋ ਟੂਰਨਾਮੈਂਟ ਕਰਾ ਦੇ ਜੀ, ਇੱਕ ਸੈਵਨ ਸਾਈਡ ਆਲ ਓਪਨ ਦਾ ਵੀ ਹੈ ਜੀ, ਪਰ ਇਲੈਵਨ ਸਾਈਡ ਵਿੱਚ ਇੱਦਾਂ ਟੀਮ ਵੀਰੇ ਪਲੇਅਰ ਹੋਰ ਜੁੜਨਗੇ, ਅਸੀਂ ਫੁੱਟਬਾਲ ਇਲੈਵਨ ਆ, ਇਲੈਵਨ ਹੈ ਵੀਰੇ ਫੁੱਟਬਾਲ ਵੀਰੇ, ਟੀਮ ਜੁੜੂਗੀ ਜੀ, ਬਿਲਕੁਲ ਜੇ ਹੁਣ 11 ਹੋਣਗੇ ਬਾਹਰ ਵੀ ਬਿਠਾਵਾਂਗੇ ਤਿੰਨ ਚਾਰ ਜੀ, ਸੈਵਨ ਵੀਰੇ ਆਪਾਂ ਨੂੰ ਚਾਹੀਦੇ ਸੱਤ ਨੇ ਜੀ, ਅੱਠ ਅੱਠ ਨੌਂ ਬੰਦਾ ਟੀਮ ਬਣਨ ਦੀ, ਜੇ 11 ਦੀ ਵਾਰੀ ਹੁੰਦੀ ਫਿਰ ਉਹੀ ਟੀਮ ਕੋਲ 11 ਪਲੇਅਰ ਜੁੜਦੇ ਨੇ, ਸਿੱਧੂ ਭਾਈ ਕਦੇ ਫੋਨ ਨਹੀਂ ਹੈ ਕਿਸੇ ਟੀਮਾਂ ਨੂੰ ਪ੍ਰੈਕਟਿਸ ਕਰਾਉਣ ਦੇ ਲਈ, ਸਾਡੀ ਟੀਮ ਪ੍ਰੈਕਟਿਸ ਕਰਵਾ, ਨਹੀਂ ਵੀਰੇ ਮੈਂ ਕਿੱਥੇ ਇੰਨੇ ਵਾਲਾ ਜੀ, ਨਹੀਂ ਵੀਰੇ ਥੋੜੀ ਮੈਨੂੰ ਦੱਸਿਆ ਨਾ ਮੈਂ ਥੋੜਾ ਜਿਹਾ ਥੋੜਾ ਨਾਮ ਥੋੜਾ ਖਰਾਬ ਕੀਤਾ ਤੇ ਮੈਨੂੰ ਕਹਿੰਦੇ ਵੀਰੇ ਕਰਨਾ ਉਹ ਜ਼ਿੰਮਾ ਤੁਸੀਂ ਆਪ ਆ ਵੀਰੇ, ਮੈਂ ਬਿਲਕੁਲ ਆਪ ਆ ਹੁਣ ਜਿਵੇਂ ਉੱਥੋਂ ਬਾਹਰ ਆਪਣਾ ਨਾਮ ਠੀਕ ਕਰੋ ਉਹ ਵੀ ਮੈਂ ਆਪ ਕਰਨਾ, ਉਹ ਵੀ ਮੈਂ ਕਿਸੇ ਨੂੰ ਉਹ ਨਹੀਂ, ਮੈਂ ਦੱਸਿਆ ਵੀਰੇ ਮੈਂ ਤਾਂ ਗਲਤ ਹੋ ਗਿਆ ਪਰ ਮੈਂ ਚਾਹੁੰਦਾ ਕਿ ਹੋਰ ਨਾ ਹੋਵੇ ਜੀ, ਕਿ ਹੋਰ ਥੋੜਾ ਜਿਹਾ ਛੱਡੋ ਹੁਣ, ਜਿਹੜਾ ਜਿਹਦੇ ਦਾ ਟਾਈਮ ਲੰਘ ਗਿਆ ਇੰਜੋਇਮੈਂਟ ਕਰਦਾ ਕਰ ਪਿੱਛੇ ਲੰਘ ਗਿਆ, ਹਾਂ ਜਿਹੜੇ ਛੱਡ ਦਿਓ ਬੱਚੇ ਨੇ ਉਹ ਜਿਹੜੇ ਛੋਟੇ ਨੇ ਜੀ, ਬੱਚੇ ਤਾਂ ਵੀਰੇ ਕਾਹਦੇ ਨੇ ਜੀ, 15-20-19 ਸਾਲ ਦੇ ਨੇ ਜੀ, ਉਹ ਅੱਜ ਕੱਲ੍ਹ ਜ਼ਿਆਦਾ ਸਿਆਣੇ ਨੇ ਜੀ, ਨਾ ਕਦੇ ਸੁਣਦੇ ਨੇ ਉਹ ਤੋਂ ਗਲਤ ਸ਼ੋਸ਼ਰਬਾਜ਼ੀ ਕਰਨ ਲੱਗ ਪਏ ਨੇ, ਨਾ ਕਰਨ ਦਾ ਵੀਰੇ ਉਹਨਾਂ ਦਾ ਫਾਇਦਾ ਜੀ, ਨਹੀਂ ਤਾਂ ਵੀਰੇ ਜੇ ਤਾਂ ਮੈਂ ਤਾਂ ਗੱਲ ਕਹਿੰਦਾ ਜਿਹੜੇ ਖੇਡਣਾ ਮਨ ਲੈ ਖੇਡ ਲਓ ਜੀ, ਨਹੀਂ ਕਾਹਨੂੰ ਤੁਸੀਂ ਟਾਈਮ ਖਰਾਬ ਕਰਦੇ ਹੋ, ਕੋਈ ਕੰਮ ਪਰਿਵਾਰ ਦਾ ਆਪਣਾ ਕਰੋ ਜੀ, ਜੇ 4-5 ਸਾਲ ਲਾਓਗੇ ਕਿਸੇ ਇੱਕ ਜਗ੍ਹਾ ਟੇਕ ਕੇ ਤਾਂ ਤੁਹਾਡਾ ਹੀ ਫਾਇਦਾ ਹੋਣਾ, ਕਦੇ ਤਾਂ ਫੁੱਟਬਾਲ ਦਾ ਕੀ ਵੀਰੇ ਜੀ, ਚੱਲੀ ਜਾਣਾ ਜੀ, ਕੁਲੀਵਾਲ ਦੀ ਟੀਮ ਖੇਡੇ ਹੋ ਕਾਫੀ ਸਾਲ, ਕੀ ਮੈਸੇਜ ਉਹਨਾਂ ਨੂੰ ਟੀਮ ਨੂੰ, ਕੁਲੀਵਾਲ ਵੀਰੇ ਸਾਰੀ ਯੰਗ ਟੀਮ ਹੈ ਜੀ, ਸਾਰੇ ਸ਼ਰਾਰਤੀ ਨੇ ਜੀ, ਸ਼ਰਾਰਤੀ ਨੂੰ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਮਿਹਨਤ ਲਾਓ ਜੀ, ਸ਼ਾਮ ਨੂੰ ਗਰਾਉਂਡ ਜਾਓ, ਟੂਰਨਾਮੈਂਟ ਸਾਰੇ ਲਾਓ, ਜੇ ਤਾਂ ਨਹੀਂ ਜਾਣਾ ਜੀ ਫਿਰ ਮਨ ਲਾਇਓ ਨਾ ਕੰਮ ਕਰੋ ਜੀ, ਕਿਉਂਕਿ ਸਾਰੇ ਜਿਹੜੀ ਉਹਨਾਂ ਦੀ ਏਜ ਹੈ ਸਾਰੇ 19-20-21-22 ਸਾਲ ਦੇ ਨੇ ਜੀ, ਉਹ ਮੇਰੇ ਜ਼ਿਆਦਾ ਮਨ ਲੈ ਖੇਲਦੇ ਵੀ ਹੈ ਨਹੀਂ ਉਹ ਟੀਮ, ਹਾਂ ਉਹ ਵੀਰੇ ਸਕੂਲੀਆਂ ਪਤਾ ਛੋਟੇ ਜੂਨੀਅਰ ਬੱਚੇ ਜ਼ਿਆਦਾ ਨੇ ਜੀ, ਕੋਈ ਸਪੋਰਟ ਵਾਲਾ ਇੱਕ ਦੋ ਮੰਨਾ ਵੀਰਾ ਬਾਹਰੋਂ ਜਾਂ ਭੁੱਟੀਆ ਬਾਈ ਆ ਜਾਂਦਾ ਵਾ ਕਰ ਦਿੰਦਾ ਵਾ, ਉਹ ਰੇਲਵੇ 'ਚ ਆਪਣੀ ਇੰਜੋਏ ਕਰਦਾ, ਵੱਡਾ ਵੀਰਾ ਬਾਹਰ ਜਾਂਦਾ ਸਰ ਜੀ ਤਾਂ ਉਹ ਨੇਵੀ 'ਚ ਆਪਣਾ ਜੀ, ਜੇ ਉਹ ਟੀਮ ਆ ਕੇ ਇਕੱਠੀ ਕਰਕੇ ਤੋਲਣਾ ਜਿਹੜੇ ਬੱਚੇ ਨੇ ਫਿਰ ਇਹ ਨਹੀਂ ਕਰ ਪਾਉਂਦੇ, ਆਪਸ 'ਚ ਟਰੈਵਲਿੰਗ ਕਰਨਾ ਵੀਰੇ ਔਖਾ ਹੋ ਜਾਂਦਾ, ਉਹ ਆਪ ਬਿਜ਼ੀ ਨੇ, ਹਾਂ ਆਪਣੇ ਵੱਡੇ ਸੀਨੀਅਰ ਹੈ ਨਹੀਂ ਟੀਮ 'ਚ ਕੋਈ, ਸਾਰੇ ਜੂਨੀਅਰ ਨੇ, ਉਹ ਫਿਰ ਆਪਸ 'ਚ ਇੰਨਾ ਘੱਟ ਵੱਧ ਹੀ ਕਰਦੇ ਨੇ ਜੀ, ਸਿੱਧੂ ਬਾਈ ਹੋਰ ਪਲੇਅਰਾਂ ਨੂੰ ਟਰਾਇਲ ਦੇਣੇ ਪੈਂਦੇ ਨੇ, ਤੁਹਾਨੂੰ ਨੇਵੀ ਦੇ ਵਿੱਚੋਂ ਜਿਹੜੀ ਸਿੱਧੀ ਆਫਰ ਆਈ ਸੀਗੀ ਸਿਲੈਕਸ਼ਨ ਹੋਣ ਦੇ ਲਈ, ਇਹਦੇ ਵਿੱਚ ਕਿੰਨੀ ਸੱਚਾਈ ਆ? ਸੱਚ ਹੈ ਵੀਰੇ, ਨੇਵੀ ਵਾਲਾ ਇੱਦਾਂ ਸੀਗਾ ਕਿਉਂਕਿ ਬੰਬੇ ਇੰਡੀਅਨ ਨੇਵੀ ਨਾਲ ਅਸੀਂ ਮੈਚ ਖੇਡਦੇ ਰਹਿੰਦੇ ਸੀਗੇ ਜੀ, ਉਹ ਉਹਨਾਂ ਨੇ ਮੈਨੂੰ ਸਿੱਧਾ ਉਹਦੇ ਕੋਚ ਨੇ ਮੈਨੂੰ ਕਿਹਾ ਸੀਗਾ ਤੂੰ ਸਾਡੇ ਲਈ ਇੱਕ ਗੈਸਟ ਇੱਕ ਟੂਰਨਾਮੈਂਟ ਖੇਡ ਲਾ ਜੀ, ਫਿਰ ਉੱਥੇ ਮੈਂ ਕੇਰਲਾ ਗਿਆ ਸੀਗਾ ਇੱਥੋਂ ਜੀ ਜੀ, ਉੱਥੇ ਫਿਰ ਮੈਂ ਦੋ ਮੈਚ ਖੇਡਿਆ ਸੀ, ਪੂਰੇ ਤਾਂ ਨਹੀਂ ਖੇਡਿਆ, ਇੱਕ ਮੈਚ ਹਾਫ, ਇੱਕ ਪਹਿਲਾ ਮੈਚ ਮੈਂ ਖੇਡਿਆ ਸੀਗਾ 15 ਮਿੰਟ, ਦੂਜਾ ਪੂਰਾ ਹਾਫ, ਕੋਈ ਕ੍ਰੈਡਿਟ ਕਾਰਡ ਹੋ ਗਿਆ ਸੀ, ਫਿਰ ਦੂਜਾ ਮੈਂ 45 ਮਿੰਟ ਪੂਰੇ ਖੇਡ ਲਿਆ ਸੀ ਜੀ, ਉਹ ਫਿਰ ਮੈਨੂੰ ਕੋਚ ਨੇ ਕਿਹਾ ਸੀਗਾ ਕਿ ਤੂੰ ਹੁਣ ਬੰਬੇ ਟ੍ਰਾਇਲ ਹੋਣਗੇ ਜੀ, ਅਗਲੇ ਮਹੀਨੇ ਵੀ ਤੈਨੂੰ ਇਨਫੋਰਮ ਕਰ ਦਾਂਗੇ ਤੂੰ ਉੱਥੇ ਟ੍ਰਾਇਲਾਂ 'ਤੇ ਜੀ, ਆ ਜਾਈ, ਮਤਲਬ ਤੈਨੂੰ ਉੱਥੇ ਹਾਜ਼ਰ ਹੋ ਜੀ ਜੀ, ਤੁਸੀਂ ਹਾਜ਼ਰ ਹੀ ਉੱਥੇ? ਨਹੀਂ ਮੈਂ ਵੀਰੇ ਫਿਰ ਹੋਇਆ ਨਹੀਂ ਜੀ, ਕਿਸਮਤ ਸਾਥ ਨਹੀਂ ਦਿੱਤਾ? ਨਹੀਂ ਵੀਰੇ, ਕਿਸਮਤ ਮੈਂ ਆਪ ਹੀ ਨਹੀਂ ਗਿਆ, ਮੈਂ ਦੱਸਿਆ ਨਾ ਕਿਸੇ ਜੀ ਵਜ੍ਹਾ ਕਰਕੇ ਕਿ ਹਾਂ ਮੈਂ ਕਿਸੇ ਪਰਸਨ ਕਰਕੇ ਮੈਂ ਉਹਦੇ ਕਰਕੇ ਪਿੱਛੇ ਲੱਗਿਆ ਹੋਇਆ ਸੀਗਾ। ਸਿੱਧੂ ਭਾਈ ਮੈਂ ਦੇਖਿਆ ਜਾਨਵਰਾਂ ਨਾਲ ਬਹੁਤ ਪਿਆਰ ਹੈ, ਬਹੁਤ ਹੈ ਜੀ, ਤੋਤੇ ਵੀ ਨੇ, ਬੱਤਖਾਂ ਵੀ ਦੇਖੀਆਂ ਨੇ, ਮੁਰਗੇ ਵੀ ਨੇ, ਹੋਰ ਵੀ ਬਹੁਤ ਸਾਰੇ ਜਾਨਵਰ ਫਿਰਦੇ ਨੇ, ਇਹ ਕਿਹਨਾਂ ਨੂੰ ਪਿਆਰ ਆ? ਤੁਹਾਨੂੰ ਪਿਆਰ ਆ? ਬਹੁਤ ਪਿਆਰ ਆ ਜੀ, ਮੈਨੂੰ ਇੱਦਾਂ ਹੁੰਦਾ ਘਰੇ ਸਾਡੇ ਬਹੁਤ ਨੇ ਜੀ, ਸਾਡੇ ਕੋਲ ਦੇ ਵੀ ਜਾਂਦਾ ਕਿ ਸਾਡੇ ਕੋਲ ਰੱਖੇ ਜਾਂਦੇ ਸੀ, ਸਾਡੇ ਕੋਲ ਜਦੋਂ ਅਸੀਂ ਖੁੱਡਾ ਬਣਾਇਆ ਹੋਇਆ ਜੀ, ਜਿਵੇਂ ਤੋਤਿਆਂ ਵਾਸਤੇ ਆ ਜੀ, ਮੁਰਗੀਆਂ ਹੋਰ ਬੱਤਖਾਂ ਨੇ ਜੀ, ਖਰਗੋਸ਼ ਰੱਖੇ ਹੋਏ ਨੇ ਜੀ ਜੀ,
ਕੁੱਤਾ ਹੈਗਾ ਵਾ ਜੀ ਤੇ ਮਤਲਬ ਸਾਨੂੰ ਤੁਹਾਨੂੰ ਆਪ ਨੂੰ ਪਿਆਰ ਹੈ ਮੇਰੇ ਸਾਰੇ ਚੀਜ਼ਾਂ ਨਾਲ ਹਾਂਜੀ ਹਾਂਜੀ ਬਹੁਤ ਮੇਰੇ ਮਦਰ ਨੂੰ ਬਹੁਤ ਹੈ ਜੀ ਜੀ ਸਾਨੂੰ ਸਿੱਧੂ ਭਾਈ ਤੁਹਾਡੇ ਮੈਂ ਘਰ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਪਈਆਂ ਦੇਖੀਆਂ ਨੇ ਜੋ ਅੱਜ ਕੱਲ ਲੋਪ ਹੋ ਰਹੀਆਂ ਨੇ ਸਾਈਕਲ ਆ ਜਿੱਦਾਂ ਮੈਂ ਅੰਦਰ ਵੀ ਤੁਹਾਡੇ ਰੂਮ ਦੇ ਵਿੱਚ ਬਹੁਤ ਚੀਜ਼ਾਂ ਦੇਖੀਆਂ ਨੇ ਇਹ ਚੀਜ਼ਾਂ ਦਾ ਵੀ ਤੁਹਾਨੂੰ ਪਿਆਰ ਆ ਯੂਨੀਕ ਚੀਜ਼ਾਂ ਜੀ ਅੱਜ ਕੱਲ ਖਤਮ ਹੁੰਦੀ ਜਾ ਰਹੀਆਂ ਨੇ ਮੈਨੂੰ ਐਵੇਂ ਲੱਗਦਾ ਜੀ ਬਿਲਕੁਲ ਜੀ ਸਾਨੂੰ ਤਾਂ ਅਸੀਂ ਦੋਨਾਂ ਚੋਂ ਦੇਖ ਲਈਏ ਜੀ ਆ ਬਾਹਰ ਤੁਸੀਂ ਮੈਂ ਦਿਖਾਓਗੇ ਇੱਕ ਗੱਡਾ ਖੜਾ ਵਾ ਪੁਰਾਣਾ ਜਿਹੜੇ ਗੱਡੇ ਹੁੰਦੇ ਸੀਗੇ ਜੀ ਸੰਦੂਕ ਪਏ ਨੇ ਅੰਦਰ ਦੋ ਤਿੰਨ ਜੀ ਪੁਰਾਣੀ ਕੋਈ ਚੀਜ਼ ਮਿਲੇ ਅਸੀਂ ਲੈ ਲੈਂਦੇ ਹੁੰਦੇ ਮੇਰੇ ਮਦਰ ਨੂੰ ਮੈਨੂੰ ਸਾਨੂੰ ਸਾਨੂੰ ਕੋਈ ਦਿਖ ਜਾਵੇ ਜਾਂ ਮੈਨੂੰ ਦੇਵ ਜਾਵੇ ਮਦਰ ਨੂੰ ਦੇ ਜਾਵੇ ਜੀ ਅਸੀਂ ਉਹਨਾਂ ਤੋਂ ਲੈ ਲਈਦਾ ਜੀ ਇਹ ਚੀਜ਼ਾਂ ਨੂੰ ਪਿਆਰ ਆ ਤੁਹਾਡਾ ਹਾਂ ਪੁਰਾਣਾ ਵੀਰੇ ਅੱਜ ਕੱਲ੍ਹ ਜਿਹੜਾ ਨਵਾਂ ਹੁੰਦਾ ਵੀਰੇ ਇੰਨਾ ਉਹ ਸਟਰੋਂਗ ਨਹੀਂ ਹੈਗਾ ਆਰਟੀਫਿਸ਼ਲ ਜਿਹੜੀ ਪੁਰਾਣੀ ਚੀਜ਼ ਆਪਾਂ ਤਿਆਰ ਕਰ ਲਈਏ ਜੀ ਉਹ ਤੁਸੀਂ ਨਵੀਂ ਨਾਲ ਕੰਪੇਅਰ ਕਰ ਲਿਓ ਪੁਰਾਣੇ ਨੂੰ ਬੰਦਾ ਜ਼ਿਆਦਾ ਪ੍ਰੈਫਰ ਕਰੂ ਜੀ ਸਮਾਨ ਦਾ ਫਰਕ ਆ ਬਹੁਤ ਫਰਕ ਹੈ ਜੀ ਪੁਰਾਣੇ ਜੀ ਪੁਰਾਣੀ ਉਹ ਜਿਹੜੀ ਪੁਰਾਣੀ ਜੀ ਕੁਆਲਿਟੀ ਉਨੀ ਪਈ ਹੈ ਉਹ ਬਸ ਉਹ ਸ਼ਾਈਨ ਮੁੱਕ ਜਾਂਦੀ ਹੈ ਜੀ ਦੁਬਾਰਾ ਸ਼ਾਈਨ ਲਿਆਈਏ ਦੁਬਾਰਾ ਰੱਖ ਦਈਏ ਉਹ ਜਾ ਜੱਚਦੀਆਂ ਜੀ ਬਾਕੀ ਆਪਣੇ ਬਜ਼ੁਰਗਾਂ ਦੀਆਂ ਪੁਰਖਾਂ ਦੀਆਂ ਨਿਸ਼ਾਨੀਆਂ ਨੇ ਜੀ ਨਿਸ਼ਾਨੀਆਂ ਨੇ ਉਹ ਸਾਂਭੀਆਂ ਤੁਸੀਂ ਸਾਡੇ ਘਰੇ ਪਈਆਂ ਨੇ ਹੁਣ ਮੇਰੇ ਕੋਲ ਫੈਮਿਲੀ ਬੱਚਾ ਹੋਊਗਾ ਉਹ ਪੁੱਛੂਗਾ ਕੀ ਚੀਜ਼ ਨੇ ਬਿਲਕੁਲ ਹੁਣ ਆਮ ਜਿਹੜੇ ਦੂਜੇ ਕਰਨ ਦੇ ਵੀ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਹੈ ਹੀ ਨਹੀਂ ਕਿਸੇ ਨੂੰ ਪਤਾ ਨਹੀਂ ਬੱਚੇ ਨੂੰ ਅੱਜ ਕੱਲ੍ਹ ਕੀ ਪਤਾ ਫੋਨਾਂ ਦਾ ਪਤਾ ਬਸ ਜੀ ਬਿਲਕੁਲ ਇਹਨਾਂ ਨੂੰ ਪਤਾ ਨਹੀਂ ਜੀ ਦੱਸਣਾ ਚਾਹੀਦਾ ਸਿੱਧੇ ਬਈ ਫੋਨ ਦੀ ਤੁਸੀਂ ਗੱਲ ਕਰੀਏ ਕਿ ਤੁਹਾਡੀ ਗੱਲ ਸਾਨੂੰ ਹੋਰ ਵੀ ਪਤਾ ਲੱਗੇ ਕਿਸੇ ਪਲੇਅਰਾਂ ਤੋਂ ਤੁਸੀਂ ਪਬਜੀ ਨੂੰ ਬਹੁਤ ਪਿਆਰ ਕਰਦੇ ਹੋ ਨਹੀਂ ਨਹੀਂ ਜੀ ਪਬਜੀ ਨੂੰ ਪਿਆਰ ਤਾਂ ਨਹੀਂ ਬਸ ਹੁਣ ਪਿੱਛੇ ਜੇ ਵੀ ਤੁਹਾਡਾ ਫੁੱਟਬਾਲ ਤੋਂ ਫਿਰ ਤੁਹਾਡਾ ਕਰ ਲਿਆ ਸੀ ਫਿਰ ਦਿਮਾਗ ਥੋੜ੍ਹਾ ਜਿਹਾ ਨਾ ਰਸ਼ ਕਰਨ ਲਈ ਬਸ ਕੀ ਹਾਂ ਹੁਣ ਕੀ ਕਰਾਂ ਫਿਰ ਵੀਰੇ ਹੁਣ ਇੱਦਾਂ ਦੀ ਮੈਂ ਕਿੰਨਾ ਟਾਈਮ ਪਬਜੀ ਖੇਡਦੇ ਹਾਂ ਸ਼ਾਮ ਨੂੰ ਲਾ ਲੈਂਦਾ ਟਾਈਮ ਜੀ ਜੀ ਫੋਨ ਕਰਕੇ ਯਾਰ ਦੋਸਤ ਇੱਕ ਤਾਂ ਜੇ ਗੱਲਾਂ ਵੱਜ ਜਾਂਦੀਆਂ ਰੋਜ਼ ਵੀ ਕਿਸੇ ਨੂੰ ਫੋਨ ਕਰਕੇ ਗੱਲਾਂ ਵੀ ਨਹੀਂ ਹੁੰਦੀਆਂ ਜੀ ਪਬਜੀ ਚ ਇੱਦਾਂ ਚਾਰ ਬੰਦੇ ਨਾਲੇ ਗੱਲਾਂ ਮਾਰ ਲਈਦੀਆਂ ਜੀ ਤੇ ਨਾਲੇ ਹਾਸੇ ਖੇਡੇ ਖੇਡੇ ਨਾਲ ਟਾਈਮ ਪਾਸ ਹੋ ਜਾਂਦਾ ਘੰਟਾ ਦੋ ਘੰਟਾ ਪਾਰ ਹੋ ਜਾਂਦੇ ਨੇ ਫਰਕ ਪੈ ਜਾਂਦਾ ਜੀ ਜੀ ਸਿੱਧੂ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਡੇ ਚੈਨਲ ਨੂੰ ਟਾਈਮ ਦਿੱਤਾ ਨਹੀਂ ਨਹੀਂ ਧੰਨਵਾਦ ਸੋ ਆਉਣ ਵਾਲੇ ਦਿਨਾਂ 'ਚ ਅਸੀਂ ਕਿਸੇ ਹੋਰ ਪਲੇਅਰ ਨਾਲ ਮਿਲਵਾਵਾਂਗੇ ਸੋ ਉਹਨਾਂ ਟਾਈਮ ਦੇ ਲਈ ਜੱਸਾ ਬਰਮਾਲੀਪੁਰ ਤੇ ਸਿੱਧੂ ਬਾਈ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ